ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ, ਅੰਗਦ ਗੁਰੂ ਅਮਰਦਾਸ, ਪਦਬੰਦ ਰਾਮਦਾਸ, ਅਰਜਨ ਗੁਰੂ, ਬਾਲ ਸ੍ਰੀ ਗੋਬਿੰਦ, ਹਰੀ ਰਾਏ, ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਲ, ਬੰਦੋ ਕਰ ਅਨੁਰਾਗ, ਸ੍ਰੀ ਗੁਰ ਸਬਦ ਕਮਾਏ ਜਿਨ, ਜੀਤੇ ਪੰਚ ਬਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ, ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ, ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਹਾਸਿਕ ਕਰ ਦਾਤ ਪਰਸਪਰ ਕਰਿਓ, ਸਨਾਮ ਪੈਂਦੇ ਖਾਂਬਾਰ, ਨੀਠ ਨੀਠ ਤੇ ਖਾਲਾ ਖਾਇਓ, ਖਾਇਓ ਸਨਮਾਨ ਭਲਿਓ ਬਹੁ ਬਾਰ। ਇਤਿਹਾਸਿਕ ਕਰ ਬਾਤ ਪਰਸਪਰ ਕਰਿਓ, ਸਨਾਮ ਪੈਂਦੇ ਖਾਂਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋਗ ਚਵਰ ਸ਼ਤਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਤਖਤ ਤੇ ਸੁਭਾਏ ਮਾਨ, ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਤਪ ਅਸਥਾਨ,
ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਦਰਸ਼ਨ ਦਿਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰਾਂ ਨੇ ਸਾਡੇ 'ਤੇ ਤਰਸ ਕੀਤਾ ਹੈ ਜੋ ਆਪਣੇ ਚਰਨ ਕਮਲਾਂ ਦਾ ਆਸਰਾ ਬਖਸ਼ਿਆ ਸਾਨੂੰ ਸੰਗਤ ਵਿੱਚ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਹੈ। ਚੱਲ ਰਹੇ ਲੜੀਵਾਰ ਗੁਰ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਇਹਨਾਂ ਸਤਿਗੁਰਾਂ ਦੇ ਕਰਤੱਵ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਕਿ ਕਰਤਾਰਪੁਰ ਪੈਂਦੇ ਖਾਨ ਜੋ ਬਖਸ਼ਿਸ਼ਾਂ ਲੈ ਕੇ ਮਹਾਰਾਜ ਸਾਹਿਬ ਜੀ ਦੇ ਕੋਲੋਂ ਨਿਮਕ ਹਰਾਮੀ ਹੋ ਗਿਆ, ਪੰਜ ਦਿਨ ਵਿਸਾਖੀ ਦੇ ਜੋੜ ਮੇਲੇ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਬੁਲਾਇਆ ਅਤੇ ਪੁੱਛਿਆ ਵੀ ਪੈਂਦੇ ਖਾਨ ਸੱਚ ਦੱਸ ਦੇ ਵੀ ਬਾਜ ਤੋਂ ਵੇਖਿਆ ਜਾਂ ਨਹੀਂ, ਜੇ ਉਹ ਸੱਚ ਕਹੇਗਾ ਤਾਂ ਸੁੱਖ ਲਏਗਾ। ਮਹਾਰਾਜ ਦੇ ਪਹਿਲੀ ਵਾਰਾਂ ਪੁੱਛਣ 'ਤੇ ਇਹਨੇ ਕਿਹਾ ਵੀ ਨਹੀਂ, ਮੈਂ ਤਾਂ ਸਗੋਂ ਮਹਾਰਾਜ ਤੁਹਾਡੇ ਜਿਹੜੇ ਮੀਰ ਸ਼ਿਕਾਰੀ ਨੇ ਇਹਨਾਂ ਦੇ ਨਾਲ ਨਗਰ 'ਚੋਂ ਬਾਜ ਲਭਾਉਂਦਾ ਰਿਹਾ ਹੈ। ਦੂਸਰੀ ਵਾਰਾਂ ਥੋੜ੍ਹਾ ਕਠੋਰਤਾ ਦੇ ਨਾਲ ਪੁੱਛਿਆ, ਮਹਾਰਾਜ ਸਾਹਿਬ ਜੀ ਦੇ ਕਠੋਰਤਾ ਦੇ ਵਚਨ ਸੁਣ ਕੇ ਫਿਰ ਝੂਠ ਹੀ ਬੋਲਿਆ। ਕਹਿੰਦਾ ਮਹਾਰਾਜ ਤੁਸੀਂ ਜਾਣ ਕੇ ਮੇਰੇ 'ਤੇ ਤੋਹਮਤ ਲਗਾਉਂਦੇ ਹੋ, ਮੈਂ ਤਾਂ ਬਾਜ ਦਾ ਪਰਛਾਵਾਂ ਵੀ ਨਹੀਂ ਵੇਖਿਆ, ਬਾਜ ਵੇਖਣ ਦੀ ਤਾਂ ਗੱਲ ਦੂਰ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਾਬਾ ਵਿਧੀ ਚੰਦ ਜੀ ਨੂੰ ਇਸ਼ਾਰਾ ਕਰਕੇ ਅਤੇ ਆਪਣੇ ਪਾਸ ਬੁਲਾਇਆ ਅਤੇ ਹੁਕਮ ਕੀਤਾ ਵੀ ਜਾਓ ਸਾਰੀਆਂ ਵਸਤੂਆਂ ਲਿਆ ਕੇ ਇੱਥੇ ਲਾਂਭੇ ਰੱਖ ਦਿਓ। ਦੁਪਹਿਰ ਦਾ ਸਮਾਂ ਸੀ, ਬਾਬਾ ਵਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਮੰਨ ਕੇ ਪੈਂਦੇ ਖਾਂ ਦੇ ਘਰੇ ਗਿਆ। ਸਭ ਲੋਕ ਦੁਪਹਿਰੇ ਆਪੋ ਆਪਣੇ ਘਰੇ, ਅਸਮਾਨ ਖਾਨ ਵੀ ਸੁੱਤਾ ਪਿਆ ਸੀ ਚੁਬਾਰੇ 'ਚ। ਵਿਧੀ ਚੰਦ ਜੀ ਅੰਦਰ ਗਏ, ਵੇਖਿਆ ਵੀ ਸਾਰੀਆਂ ਚੀਜ਼ਾਂ ਵਸਤੂਆਂ ਚੁਬਾਰੇ 'ਚ ਪਈਆਂ, ਕਿੱਲੀ 'ਤੇ ਟੰਗਿਆ ਚੋਲਾ ਵੀ ਲੈ ਲਿਆ ਜਿਹੜਾ ਪੈਂਦੇ ਖਾਨ ਨੂੰ ਬਖਸ਼ਿਆ ਸੀ ਮਹਾਰਾਜ ਨੇ। ਅਸਮਾਨ ਖਾਨ ਦੇ ਸਿਰ 'ਤੇ ਵਧੀ ਪੱਗ, ਸੁੱਤੇ ਦੇ ਸਹਿਜੇ ਜੇ ਖਸਕਾਲੀ ਉਹ ਵੀ ਲਾਲੀ ਪੱਗ ਵੀ, ਅਤੇ ਖੰਡਾ ਅਤੇ ਢਾਲਾ ਵੀ ਲੈ ਲਿਆ। ਬਾਜ ਆਡੇ 'ਤੇ ਬਿਠਾਇਆ ਸੀ ਉਹ ਵੀ ਵਿਧੀ ਚੰਦ ਜੀ ਨੇ ਲੈ ਲਿਆ। ਛੇਤੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਪਹੁੰਚ ਗਏ, ਪਹਿਲਾਂ ਸਾਰੀਆਂ ਵਸਤੂਆਂ ਇੱਕ ਕਮਰੇ ਵਿੱਚ ਰੱਖ ਆਏ, ਫਿਰ ਮਹਾਰਾਜ ਨੂੰ ਆ ਕੇ ਦੱਸਿਆ ਵੀ ਇਵੇਂ ਸਤਿਗੁਰੂ ਜੀ ਕਾਰਜ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਫਿਰ ਪੈਂਦੇ ਖਾਂ ਨੂੰ ਧਿਆਨ ਕਰਕੇ ਕਹਿੰਦੇ, ਹਾਂ ਭਾਈ ਫਿਰ ਪੈਂਦੇ ਖਾਂ ਕੀ ਵਿਚਾਰ ਹੈ, ਸੱਚੋ ਸੱਚ ਦੱਸ ਦੇ। ਜੇ ਬਾਜ ਮਹਾਰਾਜ ਸਾਹਿਬ ਕਹਿੰਦੇ ਵੀ ਤੈਨੂੰ ਚੰਗਾ ਲੱਗਾ ਹੈ ਨਾ, ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਤੀਕਰ ਦਿਆਲੂ ਹੋ ਗਏ, ਕਹਿੰਦੇ ਬਾਜ ਫਿਰ ਤੈਨੂੰ ਹੀ ਦੇ ਦਾਂਗੇ, ਬਸ ਸੇਕਰਾਂ ਸਾਨੂੰ ਵਿਖਾ ਦੇ। ਇਹ ਹੋਰ ਸਾਧ ਸੰਗਤ ਨਿਮਕ ਹਰਾਮੀ ਲਾਲ ਪੀਲਾ ਹੋਇਆ, ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਵੀ ਤੁਸੀਂ ਗੁਰੂ ਜੀ ਝੂਠ ਬੋਲਦੇ ਹੋ, ਤੁਸੀਂ ਮੇਰੀ ਇੱਜ਼ਤ 'ਚ ਫਰਕ ਪਾਉਂਦੇ ਹੋ, ਮੇਰੀ ਜਾਣ ਕੇ ਬਦਨਾਮੀ ਕਰਦੇ ਹੋ, ਤੁਹਾਡੇ ਕੋਲ ਨੌਕਰ ਹੈ ਤਾਂ ਚੁੱਪ ਹੈ, ਨਹੀਂ ਤਾਂ ਇਹੋ ਜਿਹੀ ਬਦਨਾਮੀ ਕੌਣ ਕਰਾਉਂਦਾ ਹੈ। ਐਸੇ ਮਹਾਰਾਜ ਨੇ ਸਵਾਲ ਜਵਾਬ ਕੀਤੇ, ਫਿਰ ਗੁਰੂ ਸਾਹਿਬ ਦੇ ਚਰਣਾਂ ਦੀ ਸਹੁੰ ਖਾਧੀ ਇਹਨੇ,
ਤਿੰਨ ਵਾਰਾਂ ਚਰਨ ਪਕੜ ਕੇ ਕਹਿੰਦਾ ਸੁਗੰਧ ਆ ਮੈਨੂੰ ਤੁਹਾਡੇ ਚਰਨਾਂ ਦੀ। ਜੇ ਮੈਂ ਬਾਜ ਦਾ ਪਰਛਾਵਾਂ ਵੀ ਵੇਖਿਆ ਹੋਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਫਿਰ ਵੀ ਰਸ ਵਿੱਚ ਆ ਗਏ ਵੀ ਇਹ ਗੁਰੂ ਨਾਨਕ ਸਾਹਿਬ ਦੇ ਦਰ ਦੀ ਵੀ ਝੂਠੀ ਸਹੁੰ ਖਾਂਦਾ, ਇਹ ਨਿਮਕ ਹਰਾਮੀ ਹੋ ਗਿਆ, ਇਹ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਿੱਖੋ ਵਿਧੀ ਚੰਦ ਜੀ, ਪਹਿਲਾਂ ਲਿਆਓ ਵਸਤੂਆਂ। ਸਾਰੀਆਂ ਵਸਤੂਆਂ ਲਿਆ ਕੇ ਸਾਹਮਣੇ ਰੱਖ ਦਿੱਤੀਆਂ। ਕਹਿੰਦੇ ਹੁਣ ਦੱਸ। ਕੁਝ ਸਮਾਂ ਦੇ ਧੌਣ ਨੀਵੀਂ ਜੀ ਪਾ ਕੇ ਬੈਠਾ ਰਿਹਾ ਪੈਂਦੇ ਖਾਨ। ਸਾਹਮਣੇ ਬਾਜ, ਚੋਲਾ, ਖੰਡਾ, ਢਾਲਾ, ਇਹਨੂੰ ਝੂਠਿਆਂ ਕਰਨ ਵਾਸਤੇ ਮਹਾਰਾਜ ਨੇ ਲਿਆ ਕੇ ਵਿਖਾ ਦਿੱਤਾ ਵਿਧੀ ਚੰਦ ਜੀ ਦੇ ਰਾਹੀਂ। ਪਰ ਫਿਰ ਉਲਟਾ ਗੁਰੂ ਸਾਹਿਬ ਦੀ ਤੋਹਮਤ ਲਾ ਤੀ, ਕਹਿੰਦਾ ਮਹਾਰਾਜ ਪਹਿਲਾਂ ਬਾਜ ਤੁਸੀਂ ਆਪ ਹੀ ਲੁਕੋ ਕੇ ਰੱਖਿਆ ਸੀ ਅਤੇ ਕਹਿੰਦੇ ਰੇ ਬਾਜ ਨਹੀਂ ਲੱਭਦਾ ਬਾਜ, ਹੁਣ ਮੈਨੂੰ ਬਦਨਾਮ ਕਰਨ ਲਈ ਤੁਸੀਂ ਉਹ ਬਾਜ ਕੱਢ ਲਿਆ ਹੋ, ਕਿਉਂਕਿ ਵਿਧੀ ਚੰਦ ਨੂੰ ਇਹੋ ਜਿਹੇ ਕੰਮ ਬਥੇਰੇ ਆਉਂਦੇ ਆ। ਜਦੋਂ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਇਹ ਤਾਂ ਨਿਮਕ ਹਰਾਮੀ ਸਾਹਮਣੇ ਵੇਖ ਕੇ ਵੀ ਨਹੀਂ ਮੰਨਦਾ, ਸਤਿਗੁਰੂ ਸਾਹਿਬ ਨਾਰਾਜ਼ ਹੋ ਗਏ, ਕਹਿੰਦੇ ਵੀ ਕੱਢੋ ਇਹਨੂੰ ਸਭਾ 'ਚੋਂ ਬਾਹਰ। ਵਿਧੀ ਚੰਦ ਜੀ ਹੋਰ ਸਿੱਖਾਂ ਨੇ ਇਹਨੂੰ ਗੋਡਾ ਵਾਹੁੰਦਿਆਂ ਹੋਇਆਂ, ਮੁੱਕੀਆਂ ਮਾਰਦਿਆਂ, ਕਿਰਪਾਨ ਦਾ ਮੁੱਠਾ ਮਾਰਦਿਆਂ ਹੋਇਆਂ, ਧੱਕੇ ਮਾਰਦਿਆਂ ਕੱਢ ਕੇ ਨਗਰ ਤੋਂ ਬਾਹਰ ਬਾਹਰ ਆਏ ਨੇ। ਅਤੇ ਰਸਤੇ ਵਿੱਚ ਫਿਰ ਹੁਣ ਰੋਂਦਾ ਆਉਂਦਾ ਹੈ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲ ਬਦਲਾ ਲਵਾਂਗਾ, ਗੁਰੂ ਦੇ ਗਲ 'ਚ ਕਹਿੰਦਾ ਪਰਨਾ ਪਾ ਕੇ ਦੀਨ ਬਣਾਵਾਂਗਾ, ਫਿਰ ਮੇਰਾ ਬਦਲਾ ਪੂਰਾ ਹੋਵੇਗਾ। ਘਰੇ ਆਇਆ, ਉਸਮਾਨ ਖਾਨ ਨੇ ਪੁੱਛਿਆ ਵੀ ਬਾਜ ਵਸਤੂਆਂ ਨਹੀਂ ਨਜ਼ਰ ਆਉਂਦੀਆਂ। ਪੈਂਦੇ ਖਾਨ ਜੀ ਕੋਈ ਚੋਰ ਲੈ ਗਿਆ ਤਾਂ ਪੈਂਦੇ ਖਾਨ ਇਹਨੂੰ ਲਾਲ ਪੀਲਾ ਹੋਇਆ, ਕਹਿੰਦਾ ਵੀ ਤੂੰ ਕਹਿੰਦਾ ਸੀ ਵੀ ਬਾਜ ਮੈਂ ਰੱਖਣਾ ਹੈ, ਬਾਜ ਵੀ ਤੇਰੇ ਕੋਲ ਰੱਖਣਾ ਹੋਇਆ, ਮੇਰੀ ਨੌਕਰੀ ਵੀ ਛੁਡਾਤੀ ਹੈ, ਮੇਰੀ ਸਾਰੀ ਇੱਜ਼ਤ ਲਹਾ ਦਿੱਤੀ ਹੈ, ਮੈਨੂੰ ਗੁਰੂ ਨੇ ਬੜੀ ਮਾਰ ਪਵਾਈ ਹੈ। ਉਸ ਵੇਲੇ ਉਸਮਾਨ ਖਾਨ ਕਹਿੰਦਾ ਵੀ ਮੈਂ ਤੁਹਾਡੀ ਮਦਦ ਕਰਾਂਗਾ, ਕੋਈ ਨਹੀਂ ਸ਼ਾਹਜਹਾਨ ਦੇ ਕੋਲ ਆਪਾਂ ਚੱਲਦੇ ਹਾਂ, ਗੁਰੂ ਕੋਲੋਂ ਬਦਲਾ ਲਵਾਂਗੇ, ਜਾਂ ਤਾਂ ਮੈਦਾਨ 'ਚ ਮਾਰ ਦਾਂਗੇ ਜਾਂ ਫੜ ਕੇ ਲੈ ਜਾਂਗੇ, ਸ਼ਾਹਜਹਾਨ ਦੋਵੇਂ ਗੱਲਾਂ ਤੋਂ ਖੁਸ਼ ਹੋਵੇਗਾ। ਅਤੇ ਰਹੀ ਗੱਲ ਬਾਜ ਖੜਨ ਦੀ, ਉਹ ਤਾਂ ਕਹਿੰਦਾ ਮੈਂ ਸੁੱਤਾ ਸੀ, ਅਤੇ ਸੁੱਤਾ ਤਾਂ ਮਰਿਆ ਬੰਦਾ ਇੱਕੇ ਬਰਾਬਰ ਹੀ ਹੁੰਦਾ, ਨਹੀਂ ਤਾਂ ਕਿਹੜਾ ਸੀ ਮੇਰੇ ਕੋਲ ਬਾਜ ਲੈ ਜਾਂਦਾ। ਸੋ ਇਸ ਤਰ੍ਹਾਂ ਸਾਧ ਸੰਗਤ ਆਪਸ ਵਿੱਚ ਗੱਲਾਂ ਕਰ ਰਹੇ ਹੈ। ਪੈਂਦੇ ਖਾਨ ਨੂੰ ਇਹਦਾ ਜਵਾਈ ਉਸਮਾਨ ਖਾਨ ਕਹਿੰਦਾ ਹੁਣ ਬਾਹਰ ਨਾਲ ਲੋਕਾਂ ਨੂੰ ਦੱਸਦਾ ਫਿਰੀ ਵੀ ਮੈਨੂੰ ਗੁਰੂ ਨੇ ਕੁੱਟਿਆ, ਚੰਗੇ ਕੱਪੜੇ ਪਾ ਅਤੇ ਫਿਰ ਆਪਾਂ ਤਿਆਰੀ ਕਰਦੇ ਹਾਂ, ਕੋਈ ਨਹੀਂ ਕੁਝ ਨਾ ਕੁਝ ਯਤਨ ਕਰਾਂਗੇ। ਇੱਥੋਂ ਤੀਕਰ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਕੱਲ੍ਹ ਤੀਕਰ ਇਸ ਤੋਂ ਅੱਗੇ ਜਿਵੇਂ ਪੈਂਦੇ ਖਾਨ ਦਾ ਜਵਾਈ ਆਪ ਸਲਾਹਾਂ ਕਰਕੇ ਜਿਵੇਂ ਪਠਾਨਾਂ ਨੂੰ ਇਕੱਠਿਆਂ ਕਰਦੇ ਹੈ, ਜਲੰਧਰ ਦੇ ਸੂਬੇ ਤਾਈਂ ਪਹੁੰਚ ਕਰਦੇ ਹੈ, ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰਨ ਦੀਆਂ ਵਿਉਂਤਾਂ ਬਣਾਉਂਦੇ ਹੈ, ਸਾਖੀ ਅੱਜ ਆਪਾਂ ਸੁਣਨੀ ਹੈ। ਆਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਦਾ ਧਿਆਨ ਧਰੀਏ। ਸਾਰੀ ਸੰਗਤ ਕਥਾ ਸਰਵਣ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਹਾਜ਼ਰੀ ਲਵਾਓ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਹਾਦਿਕ ਕਰ ਬਾਤ ਪਰਸਪਰ ਕਰਿਓ, ਬਾਤ ਪਰਸਪਰ ਇਤਿਹਾਦਿਕ ਸਾਧ ਸੰਗਤ ਅਸਮਾਨ ਖਾਨ ਅਤੇ ਪੈਂਦੇ ਖਾਨ ਦੋਵੇਂ ਆਪਸ ਵਿੱਚ ਸਲਾਹਾਂ ਕਰ ਰਹੇ ਹੈ।
ਪੈਂਦੇ ਖਾਨ ਨੂੰ ਅਸਮਾਨ ਖਾਨ ਕਹਿੰਦਾ ਵੀ ਕੋਈ ਨਹੀਂ, ਤੂੰ ਬੜਾ ਬਲੀ ਹੈ, ਤੇਰੇ ਅੱਗੇ ਕੌਣ ਅੜ ਸਕਦਾ, ਗੁਰੂ ਨੂੰ ਫੜ ਲਾਂਗੇ, ਕਿੱਡੀ ਗੱਲ ਹੈ, ਬਲੀ ਬਣ। ਅਤੇ ਪੈਂਦੇ ਖਾਨ ਦਾ ਮੈਨੂੰ ਸ਼ਾਂਤੀ ਨਹੀਂ ਆਉਣੀ, ਬੜਾ ਜਲੀਲ ਕੀਤਾ, ਬੜੀ ਮਾਰ ਪਈ ਆ ਮੈਨੂੰ। ਅਨਾਦਰ ਦਾ ਕਹਿੰਦਾ ਵੀ ਮੈਂ ਬਦਲਾ ਲਊਂ, ਕਿਉਂਕਿ ਇਹ ਬੇਇੱਜ਼ਤੀ ਮੈਨੂੰ ਮਰਨ ਤੱਕ ਨਹੀਂ ਭੁੱਲਣੀ, ਮਰਨ ਤੋਂ ਬਾਅਦ ਹੀ ਇਹ ਆਪਣੀ ਨਰਾਦਰੀ, ਆਪਣੀ ਬੇਇੱਜ਼ਤੀ, ਆਪਣੀ ਬੇਅਦਬੀ ਜਿਹੜੀ ਹੈ ਇਹ ਵਿਸਰੇਗੀ। ਸੋ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹਨ। ਇੱਥੇ ਆਦਰ ਕਰ ਬਾਤ ਪਰਸ ਪਰ, ਆਪਸ ਵਿੱਚ ਦੋਵਾਂ ਨੇ ਸਲਾਹਾਂ ਕੀਤੀਆਂ। ਕਰਿਓ ਸੁਨਾਨ ਪੈਂਦ ਖਾਂ ਬਾਰ, ਫਿਰ ਆਪਣੇ ਜਵਾਈ ਦੀ ਗੱਲ ਮੰਨ ਕੇ, ਪੈਂਦੇ ਖਾਂ ਦੀ ਹਾਲਤ ਬੁਰੀ ਹੋਈ ਸੀ, ਨਿਮਕ ਹਰਾਮੀ ਦੀ ਮਾਰ ਪਈ, ਇਹਦੀਆਂ ਕਰਤੂਤਾਂ ਕਰਕੇ ਇਹਨੂੰ ਮਾਰ ਪਈ ਹੈ। ਕਿੱਥੇ ਤਾਂ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਕਿੱਡੇ ਚੋਲੇ ਪਵਾਏ, ਦਸਤਾਰਾਂ ਬੰਨੀਆਂ, ਘੋੜਾ ਦਿੱਤਾ, ਬੇਮੁਖੀ ਹੋ ਗਿਆ ਨਾ ਮਹਾਰਾਜ ਸਾਹਿਬ ਜੀ ਦੇ ਕੋਲੋਂ, ਅਤੇ ਬੇਮੁਖ ਹੋਣ ਕਰਕੇ ਮਾਰ ਪਈ ਹੈ। ਅਤੇ ਪੈਂਦੇ ਖਾਨ ਫਿਰ ਆਪਣੇ ਸਰੀਰ ਨੂੰ ਸੁਧਾਰਨ ਦੇ ਲਈ ਇਸ਼ਨਾਨ ਕਰ ਰਿਹਾ ਏ, ਖਾਣਾ ਖਾਇਓ, ਕਹਿੰਦੇ ਵੀ ਸਹੀਜੇ ਖਾਣਾ ਖਾਧਾ, ਜੇ ਕੋਈ ਥੋੜਾ ਬਹੁਤ ਭੋਜਨ ਇਹਨੇ ਸਹੀਜੇ ਅਨਮਣੇ ਜੇ ਨੇ ਛਕਿਆ ਹੈ। ਉਹ ਵੀ ਅਸਮਾਨ ਖਾਨ ਨੇ ਬਹੁਤੀ ਵਾਰ ਇਹਨੂੰ ਜੋ ਕਿਹਾ ਹੈ ਨਾ, ਵਾਰ ਵਾਰ ਕਹਿਣ ਕਰਕੇ ਅਸਮਾਨ ਖਾਨ ਦੇ ਵੀ ਕੋਈ ਨਹੀਂ ਜੀ, ਪੈਂਦੇ ਖਾਨ ਜੀ ਛਕ ਲਓ ਭੋਜਨ, ਮੈਂ ਤੁਹਾਡੇ ਨਾਲ ਹਾਂ, ਆਪਾਂ ਗੁਰੂ ਨੂੰ ਛੱਡਦੇ ਨਹੀਂ ਹੈ। ਵਾਰ ਵਾਰ ਕਹਿਣ 'ਤੇ ਪੈਂਦੇ ਖਾਨ ਨੇ ਕੋਈ ਦੋ ਬੁਰਕੀਆਂ ਖਾਧੀਆਂ ਹਨ। ਚਿਤਵਤ ਚਿੰਤਾ ਚਿਤ ਮੈਂ ਸੁਖ ਬਿਨਾ, ਕਹਿੰਦੇ ਵੀ ਬਿਨਾਂ ਸੁੱਖ ਤੋਂ ਚਿੱਤ ਵਿੱਚ ਬਹੁਤੀ ਚਿੰਤਾ ਸੋਚ ਰਿਹਾ ਹੈ, ਸੋਚਦਾ ਹੈ ਵੀ ਇਹ ਕੀ ਗੱਲ ਬਣੀ, ਕਿੱਥੇ ਦਾ ਮੈਨੂੰ ਮਾਣ ਸਨਮਾਨ ਮਿਲਦਾ ਸੀ, ਕਿੱਥੇ ਅੱਜ ਧੱਕੇ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕੱਢ ਦਿੱਤਾ ਏ। ਦਿਵਸ ਦੀਏ ਹੀ ਮਟਾਰ, ਇਸ ਤਰ੍ਹਾਂ ਕਹਿੰਦੇ ਵੀ ਕਿੰਨੇ ਦਿਨ ਹੀ ਏਦਾਂ ਹੀ ਟਾਲ ਕੇ ਘਰੇ ਨੇ ਚਿੰਤਾ ਦੇ ਵਿੱਚ ਹੀ ਲੰਘਾ ਦਿੱਤੇ। ਸਭ ਖਾਨਨ ਮੈਂ ਵਿਦਤ ਪਈ ਗਤ, ਤੇ ਇਹ ਜਿਹੜੀ ਗੱਲ ਪੈਂਦੇ ਖਾਨ ਨਾਲ ਹੋਈ ਸੀ, ਸਾਰੇ ਜਿਹੜੇ ਪਠਾਨ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ। ਨਿਮਕ ਹਰਾਮੇ ਕਿਤ ਕੇ ਵਿਚਾਰ, ਕਿੰਨੇ ਕੁ ਜਿਹੜੇ ਹਨ ਉਹ ਇਹ ਵੀ ਕਹਿੰਦੇ, ਜਿਹੜੇ ਸਿਆਣੇ ਕਹਿੰਦੇ ਵੀ ਪੈਂਦੇ ਖਾਏ ਨਿਮਕ ਹਰਾਮੀ ਨਿਕਲਿਆ ਹੈ। ਸਾਧ ਸੰਗਤ ਤਵਾਰੀਖ ਗੁਰੂ ਖਾਲਸਾ ਵਿੱਚ ਇਹ ਵੀ ਜ਼ਿਕਰ ਕੀਤਾ ਏ ਵੀ ਕੱਲੀਆਂ ਇਹ ਬਾਜ ਹੀ ਨਹੀਂ, ਮਹਾਰਾਜ ਸਾਹਿਬ ਜੀ ਦੇ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਜਾ ਕੇ ਤੇ ਬਾਜ ਨਹੀਂ ਇਕੱਲਾ ਨਿਕਲਿਆ, ਹੋਰ ਵੀ ਜਿਹੜੀਆਂ ਗੁਰੂ ਘਰ ਵਿੱਚੋਂ ਕੋਈ ਕੀਮਤੀ ਵਸਤੂਆਂ ਚੋਰੀ ਹੋ ਜਾਂਦੀਆਂ ਸਨ, ਮਹਾਰਾਜ ਦੇ ਦਲ ਵਿੱਚੋਂ ਕੋਈ ਚੀਜ਼ਾਂ ਹੋਈਆਂ ਕੀਮਤੀ ਚੋਰੀ, ਉਹ ਵੀ ਪੈਂਦੇ ਖਾਨ ਦੇ ਘਰੋਂ ਨਿਕਲੀਆਂ ਸਨ। ਕਿਉਂਕਿ ਪੈਂਦੇ ਖਾਨ ਜਿਹੜਾ ਏ ਇਹਨੂੰ ਜਿਹੜੇ ਸੂਬੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੱਗਦੇ ਸਨ, ਉਹ ਚਾਹੁੰਦੇ ਸੀ ਵੀ ਇਹਨੂੰ ਅਸੀਂ ਆਪਣੇ ਵੱਲ ਕਰ ਲਈਏ ਤਾਂ ਕਿ ਗੁਰੂ ਦੀ ਸ਼ਕਤੀ ਘਟੇ, ਅਤੇ ਉਹ ਵਸੀਲਾ ਬਣਿਆ ਪੈਂਦੇ ਖਾਨ ਦਾ ਜਵਾਈ ਅਸਮਾਨ ਖਾਨ। ਅਸਮਾਨ ਖਾਨ ਨੂੰ ਉੱਤੋਂ ਉਹ ਕਹਿੰਦੇ ਨੇ ਅਸਮਾਨ ਖਾਨ, ਅੱਗੇ ਪੈਂਦੇ ਖਾਨ ਨੂੰ ਇਹਨੇ ਬੇਮੁੱਖ ਕੀਤਾ, ਅਤੇ ਪੈਂਦੇ ਖਾਨ ਨੌਕਰੀ ਤਾਂ ਗੁਰੂ ਸਾਹਿਬ ਦੀ ਕਰਦਾ ਰਿਹਾ ਪਰ ਕੰਮ ਜਿਹੜਾ ਸੀ ਉਹ ਸਰਕਾਰ ਲਈ ਇਹਨੇ ਕਰਨਾ ਸ਼ੁਰੂ ਕਰ ਦਿੱਤਾ, ਜਿਹਨੂੰ ਕਹਿੰਦੇ ਨਾ ਵੀ ਟੌਟੀ ਕਰਨੀ, ਟੌਟ ਬਣ ਗਿਆ ਸੀ ਇਹ ਸਰਕਾਰ ਦਾ ਪੈਂਦੇ ਖਾਨ। ਇਹ ਵੱਜੀਆਂ ਦੇ ਇਹਦੇ ਬਹੁਤ ਸਮਾਂ ਬਾਅਦ ਦੇ ਵਿੱਚ ਹੈ। ਇਸ ਤਰ੍ਹਾਂ ਇਤਿਹਾਸਕਾਰਾਂ ਨੇ ਕਈਆਂ ਨੇ ਜਿਨ੍ਹਾਂ ਨੇ ਖੋਜ ਕੀਤੀ ਹੈ
ਉਹ ਇਹੀ ਗੱਲ ਦਾ ਜ਼ਿਕਰ ਕਰਦੇ ਆ ਵੀ ਪੈਂਦੇ ਖਾਨ ਆਪਣੇ ਜਵਾਈ ਅਸਮਾਨ ਖਾਨ ਦੇ ਰਾਹੀਂ ਗੁਰੂ ਮਹਾਰਾਜ ਸਾਹਿਬ ਜੀ ਦੇ ਦੁਸ਼ਮਣਾਂ ਦੇ ਨਾਲ ਤੁਰਕਾਂ ਦੇ ਨਾਲ ਮਿਲ ਚੁੱਕਾ ਸੀ ਅਤੇ ਉਹ ਵੀ ਚਾਹੁੰਦੇ ਸਨ ਵੀ ਪੈਂਦੇ ਖਾਂ ਆਊਗਾ ਨਾਲੇ ਭੇਦ ਦੱਸੂਗਾ ਨਾਲੇ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਘਟੇਗੀ ਅਤੇ ਅਸੀਂ ਬਦਲਾ ਲਵਾਂਗੇ ਕਿਉਂਕਿ ਤਿੰਨ ਵਾਰਾਂ ਮੂੰਹ ਦੀ ਮਾਰ ਖਾਧੀ ਹੈ ਮਹਾਰਾਜ ਕੋਲ ਅੰਮ੍ਰਿਤਸਰ ਸਾਹਿਬ ਫਿਰ ਇੱਧਰ ਸਾਧ ਸੰਗਤ ਹਰਗੋਬਿੰਦਪੁਰੇ ਵੱਲ ਫਿਰ ਮਹਾਰਾਜ ਗੁਰੂ ਸਰ ਇਹ ਹੁਣ ਚਾਹੁੰਦੇ ਸੀ ਬਦਲਾ ਲੈਣਾ ਜਿਸ ਕਰਕੇ ਪੈਂਦੇ ਖਾਨ ਨੂੰ ਆਪਣੇ ਵੱਲ ਖਿੱਚ ਲਿਆ ਇਹਨਾਂ ਨੇ ਹੁਣ ਪੈਂਦੇ ਖਾਨ ਗੁਰੂ ਘਰ ਵਿੱਚ ਪਤਾ ਲੱਗਣ 'ਤੇ ਵੀ ਇਹ ਨਿਮਕ ਹਰਾਮੀ ਹੈ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਜਦੋਂ ਤਾਂ ਕਈ ਸਿਆਣੇ ਸਿਆਣੇ ਜਿਹੜੇ ਪਠਾਣ ਸਨ ਉਹ ਵੀ ਕਹਿਣ ਲੱਗੇ ਵੀ ਪੈਂਦਾ ਨਿਮਕ ਹਰਾਮੀ ਨਿਕਲਿਆ ਜਿਨ੍ਹਾਂ ਦੀ ਨੌਕਰੀ ਕਰਦਾ ਸੀ ਉਹਨਾਂ ਦੀਆਂ ਚੀਜ਼ਾਂ ਚੋਰੀ ਕਰਕੇ ਲਿਆਉਂਦਾ ਰਿਹਾ ਸੋ ਇਸ ਪ੍ਰਕਾਰ ਦੇ ਨਾਲ ਇਹਨੇ ਉੱਦਮ ਸ਼ੁਰੂ ਕੀਤੇ ਥੋੜ੍ਹੇ ਬਹੁਤ ਅਤੇ ਬਸੀ ਨਾਮ ਬਹੁ ਗ੍ਰਾਮਣ ਕੋ ਕਹਿ ਜਿੱਥੇ ਪਠਾਣ ਵੱਸਦੇ ਹੁੰਦੇ ਸਨ ਬਸੀ ਪਠਾਣਾ ਕਹਿ ਦਿੰਦੇ ਵੀ ਪਠਾਣਾ ਦੀਆਂ ਬਸਤੀਆਂ ਇਵੇਂ ਨਿੱਘੀਆਂ ਨਿੱਘੀਆਂ ਪਠਾਣਾ ਦੀਆਂ ਬਸਤੀਆਂ ਬਹੁਤ ਵੱਸਦੀਆਂ ਨੇ ਜਲੰਧਰ ਦੇ ਕਰਤਾਰਪੁਰ ਦੇ ਆਸ ਪਾਸ ਉਹਨਾਂ ਸਾਰਿਆਂ ਨੂੰ ਜਾ ਜਾ ਕੇ ਮਿਲਦਾ ਹੈ ਪੈਂਦੇ ਖਾਨ ਸਕਲ ਪਠਾਨਨ ਲੀਨ ਬਸਾਏ ਜਿਹੜੀਆਂ ਪਠਾਣਾ ਨੇ ਛੋਟੇ ਛੋਟੇ ਪਿੰਡ ਛੋਟੀਆਂ ਛੋਟੀਆਂ ਬਸੀ ਪਠਾਣਾ ਦੇ ਨਾਮ ਤੇ ਬਸਤੀਆਂ ਵਸਾ ਲਈਆਂ ਸਨ ਸਲਾਹ ਕਰਦੇ ਇਵੇਂ ਹੁਣ ਸਾਧ ਸੰਗਤ ਦੇ ਨਿਮਕ ਹਰਾਮੀ ਸਾਰਿਆਂ ਪਠਾਣਾ ਦੇ ਕੋਲ ਜਾਣ ਦਾ ਸਲਾਹਾਂ ਕਰਦਾ ਹੈ ਚੁੱਕਣਾ ਦਿੰਦਾ ਪਹਿਲਾਂ ਮਹਾਰਾਜ ਕੋਲ ਹੀ ਰਿਹਾ ਤੇ ਹੁਣ ਕਹਿੰਦਾ ਵੀ ਇਹ ਹਿੰਦੂਆਂ ਦੇ ਸਿੱਖਾਂ ਦੇ ਗੁਰੂ ਹਰਗੋਬਿੰਦ ਸਾਹਿਬ ਇਹ ਤੁਹਾਡੇ ਲਈ ਬੜੇ ਦੁਖਦਾਈ ਸਾਬਤ ਹੋਣਗੇ ਪਠਾਨੋ ਤੁਸੀਂ ਚੁੱਪ ਕਰਕੇ ਹੱਥ ਤੇ ਹੱਥ ਧਰ ਕੇ ਬੈਠੇ ਹੋ ਪੈਦੇ ਖਾਨ ਨੇ ਪਠਾਣਾ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਵੀ ਜੇ ਤੁਸੀਂ ਕੋਈ ਹੀਲਾ ਵਸੀਲਾ ਨਾ ਕੀਤਾ ਕੋਈ ਉਪਰਾਲਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀਆਂ ਫੌਜਾਂ ਨਾਲ ਸਹੀਜੇ ਸਹੀਜੇ ਤੁਹਾਡੇ ਘਰ ਬਾਰ ਵੀ ਖੋਹ ਲੈਣੇ ਆ ਤੇ ਘਰੋਂ ਕੱਢ ਦੇਣਗੇ ਤੁਹਾਨੂੰ ਤੁਹਾਨੂੰ ਇਸ ਗੱਲ ਦੀ ਕੁਝ ਸਮਝ ਨਹੀਂ ਆ ਪੈਂਦੇ ਖਾਂ ਕਹਿੰਦਾ ਉਹ ਗੁਰੂ ਤਾਂ ਤੁਹਾਨੂੰ ਘਰੋਂ ਕੱਢਣਾ ਚਾਹੁੰਦਾ ਹੈ ਤੁਸੀਂ ਇਸ ਗੱਲ ਨੂੰ ਜਾਣਦੇ ਨਹੀਂ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਕੁਝ ਨਾ ਕੁਝ ਹੀਲਾ ਉਪਰਾਲਾ ਕਰ ਲਵੋ ਇਵੇਂ ਪੈਂਦੇ ਖਾਨ ਪਠਾਨਾਂ ਨੂੰ ਚੁੱਕਦਾ ਹੈ ਵੀ ਸਾਰੇ ਆਪਾਂ ਪਠਾਨ ਭਾਈ ਹੈ ਇੱਕ ਥਾਂ ਮਿਲ ਗਿਲ ਕੇ ਰਹੀਏ ਅਤੇ ਸਾਰੇ ਮਿਲ ਕੇ ਬਲ ਧਾਰੋ ਹੰਬਲਾ ਮਾਰੋ ਗੁਰੂ ਦੇ ਵਿਰੁੱਧ ਮਹਾਂ ਵੱਡਾ ਸ਼ਤਰੂ ਵੈਰੀ ਹੈ ਸਾਡਾ ਪਠਾਨਾਂ ਖਾਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਮਾਰ ਲਈਏ ਜੰਗ ਦੇ ਵਿੱਚ ਜਿਵੇਂ ਇੱਦਾਂ ਦਾ ਉੱਦਮ ਕਰੀਏ ਗੁਰੂ ਮਾਰੇ ਹਜ਼ਰਤ ਗੁਰ ਹਰਖੈ ਅਤੇ ਨਾਲੇ ਕਹਿੰਦਾ ਵੀ ਵੇਖੋ ਜੇ ਆਪਾਂ ਗੁਰੂ ਨੂੰ ਮਾਰਾਂਗੇ ਨਾ ਜੰਗ ਕਰਕੇ ਅਤੇ ਹਜ਼ਰਤ ਸ਼ਾਹਜਹਾਨ ਬਾਦਸ਼ਾਹ ਬਹੁਤਾ ਹੀ ਖੁਸ਼ ਹੋਵੇਗਾ ਆਪਣੇ ਉੱਪਰ ਮਨ ਸਭ ਸਦਕੇ ਕਰਹਿ ਸਵਾਏ ਅਤੇ ਸਾਰਿਆਂ ਨੂੰ ਸਵਾਏ ਹੁੰਦਾ ਵੀ ਵਧੀਕ ਅਹੁਦੇ ਦਊਗਾ ਤੁਹਾਡੇ ਅਹੁਦੇ ਵਧਾ ਦਊਗਾ ਤੁਹਾਡੀਆਂ ਤਨਖਾਹਾਂ ਵਧਾਊਗਾ ਮਾਣ ਸਨਮਾਨ ਮਿਲੇਗਾ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਮਾਰਾਂਗੇ ਦਰਬ ਧਰਿਓ ਜਿਸ ਥਲ ਮੈਂ ਤੇ ਨਾਲ ਪੈਂਦੇ ਖਾਂ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਪੈਸਾ ਇਕੱਠਾ ਕੀਤਾ ਬੜੀ ਮਾਇਆ ਇਹਨਾਂ ਕੋ ਆਉਂਦੀ ਹੈ
ਤੇ ਇਕੱਠੀ ਕਰ ਕਰਕੇ ਜਿੱਥੇ ਛੇਵੇਂ ਪਾਤਸ਼ਾਹ ਨੇ ਮਾਇਆ ਰੱਖੀ ਹੈ ਸੋ ਜਾਣੋ ਮੈਂ ਬਣੂ ਸਹਾਇ, ਉਹ ਥਾਂ ਮੈਨੂੰ ਪਤਾ, ਤੁਸੀਂ ਮੇਰੇ ਨਾਲ ਹੋ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕਰੋ ਤੇ ਮੈਂ ਤੁਹਾਨੂੰ ਦੱਸੂਗਾ ਜਿੱਥੇ ਲੱਖਾਂ ਦੀ ਗਿਣਤੀ ਧਨ ਪਿਆ ਹੈ ਤੇ ਤੁਸੀਂ ਉਹ ਧਨ ਲੁੱਟ ਲਿਓ, ਸੁੱਖ ਮਾਣਿਓ, ਲੱਖ ਲੂਟ ਕਰੋ ਸੁੱਖ ਭੋਗਣ, ਇੰਨੀ ਕੁ ਦੌਲਤ ਪੈਂਦੇ ਖਾਂ ਕਹਿੰਦਾ ਗੁਰੂ ਦੇ ਕੋਲ ਹੈਗੀ ਹੈ ਵੀ ਜੇ ਤੁਸੀਂ ਮੇਰੀ ਇਮਦਾਦ ਕਰਕੇ ਗੁਰੂ ਨਾਲ ਲੜਦੇ ਜੇ, ਗੁਰੂ ਨੂੰ ਮਾਰਦੇ ਜੇ ਤੇ ਧਨ ਵਾਲਾ ਥਾਂ ਮੈਂ ਤੁਹਾਨੂੰ ਦੱਸੂਗਾ, ਲੱਖਾਂ ਦੀ ਗਿਣਤੀ ਧਨ ਲੁੱਟ ਕੇ ਇੱਕ ਵਾਰ ਤੁਸੀਂ ਸਾਰੀ ਜ਼ਿੰਦਗੀ ਘਰ ਬੈਠੇ ਸੁੱਖ ਭੋਗੋਗੇ, ਕੋਈ ਹੱਥ ਹਿਲਾਉਣ ਦੀ ਲੋੜ ਨਹੀਂ ਪੈਣੀ। ਕਿਮ ਹਿੰਦੂ ਟਿਗ ਰਹਿਬੋ ਪਾਏ, ਕਿਮ ਹਿੰਦੂ ਟਿਗ ਰਹਿਬੋ ਪਾਏ, ਇਸ ਤਰ੍ਹਾਂ ਹਿੰਦੂਆਂ ਦੇ ਕੋਲ ਕਿਵੇਂ ਰਹਿ ਸਕਦੇ ਹੈ, ਗੁਰੂ ਦੇ ਕਿਵੇਂ ਆਪਾਂ ਪਾਸ ਰਹਿ ਸਕਦੇ ਹੈਂ, ਸਾਥ ਲੜੋ ਤੁਮ ਸਗਰੇ। ਇਸ ਕਰਕੇ ਤੁਸੀਂ ਸਾਰੇ ਆਓ ਮੇਰੇ ਨਾਲ, ਆਪਾਂ ਇਕੱਠੇ ਹੋ ਕੇ ਫੌਜ ਬਣਾ ਕੇ ਗੁਰੂ ਦੇ ਨਾਲ ਜੰਗ ਕਰੀ। ਤੁਸੀਂ ਬਸ ਮੇਰਾ ਸਾਥ ਦਿਓ, ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਮੈਂ ਆਪੇ ਹੀ ਮਾਰ ਲਵਾਂਗਾ। ਪੂਰੇ ਯਤਨ ਦਰਬ ਵੱਟ ਪਾ, ਵੇਖੋ ਤੁਸੀਂ ਤੇ ਕੁਝ ਨਹੀਂ ਕਰਨਾ, ਪੈਂਦੇ ਖਾਂ ਕਹਿੰਦਾ ਮੇਰੇ ਨਾਲ ਹੀ ਜਾਣਾ ਬਸ, ਗੁਰੂ ਨੂੰ ਤਾਂ ਕਹਿੰਦਾ ਆਪੇ ਹੀ ਮੈਂ ਵਸ ਕਰੂੰਗਾ, ਗੁਰੂ ਨਾਲ ਤਾਂ ਆਪੇ ਮੈਂ ਲੜੂੰਗਾ। ਤੁਸੀਂ ਤਾਂ ਵੇਖੋ ਵੀ ਥੋੜ੍ਹਾ ਜਿਹਾ ਯਤਨ ਕਰਨਾ ਮੇਰੇ ਨਾਲ ਜਾਣ ਦਾ, ਇਮਦਾਦ ਕਰਨ ਦਾ, ਅਤੇ ਇਹਦੇ ਬਦਲੇ ਦੇ ਵਿੱਚ ਤੁਹਾਨੂੰ ਸਾਰੀ ਦੌਲਤ ਪ੍ਰਾਪਤ ਹੋਵੇਗੀ। ਹਜ਼ਰਤ ਬਖਸ਼ੇ ਸਮੁਦਾਏ, ਅਤੇ ਇਸ ਪ੍ਰਕਾਰ ਦੇ ਨਾਲ ਫਿਰ ਇੱਧਰੋਂ ਤਾਂ ਮਾਲ ਜਿਹੜਾ ਹੱਥ ਲੱਗਣਾ ਹੀ ਹੈ ਗੁਰੂ ਘਰ 'ਚੋਂ, ਉੱਧਰ ਵੇਖੋ ਦੂਜੇ ਪਾਸੇ ਸ਼ਾਹਜਹਾਨ ਬਾਦਸ਼ਾਹ ਵੀ ਤੁਹਾਨੂੰ ਚੰਗੇ ਚੰਗੇ ਅਹੁਦੇ ਦੇਵੇਗਾ, ਤੁਹਾਡੇ ਤਾਂ ਦੋਵੇਂ ਹੱਥਾਂ ਦੇ ਵਿੱਚ ਹੀ। ਇਹ ਲੱਡੂ ਵਾਲੀ ਗੱਲ ਹੈ ਵੀ ਇੱਧਰ ਗੁਰੂ ਨੂੰ ਮਾਰ ਕੇ ਇੱਧਰੋਂ ਵੀ ਧਨ ਦੌਲਤ ਬਹੁਤੀ ਮਿਲ ਜਾਣੀ ਹੈ, ਅਤੇ ਉੱਧਰੋਂ ਸ਼ਾਹਜਹਾਨ ਬਾਦਸ਼ਾਹ ਖੁਸ਼ ਹੋਵੇਗਾ ਕਿ ਮੇਰੇ ਵੈਰੀ ਨੂੰ ਖਤਮ ਕੀਤਾ ਹੈ, ਉਹ ਵੀ ਤੁਹਾਨੂੰ ਬਹੁਤ ਸਾਰੀ ਮਾਇਆ ਦੇਵੇਗਾ। ਸਭ ਪਿਤ ਭਲੇ ਵਾਰਤਾ ਜਾਣੋ, ਸੋ ਇਸ ਪ੍ਰਕਾਰ ਦੇ ਨਾਲ ਪੈਂਦੇ ਖਾਨ ਕਹਿੰਦਾ ਵੀ ਹਰ ਤਰ੍ਹਾਂ ਕਰਕੇ ਤੁਹਾਡੀ ਭਲੀ ਗੱਲ ਹੀ ਹੈ, ਦੋਵੇਂ ਪਾਸੇ ਤੁਹਾਡਾ ਹੀ ਫਾਇਦਾ ਹੈ, ਇਹ ਖਾਨੋ ਪਠਾਨੋ ਆਇਓ ਨਾ ਲਿਓ ਧਨ ਅਰ ਜਸ ਪਾਏ। ਅਤੇ ਇਸ ਪ੍ਰਕਾਰ ਦੇ ਨਾਲ ਸਾਰੇ ਆਓ ਆਪਾਂ ਰਲ ਮਿਲ ਕੇ ਉੱਦਮ ਜਿਹਾ ਕਰੀਏ, ਅਤੇ ਸਭ ਵਿਧ ਭਲੀ ਬਾਲਤਾ ਜਾਣੋ, ਕਿਉਂ ਨਾ ਲਿਹੋ ਤਨ ਅਰ ਜਸ ਪਾਏ, ਇੱਕ ਤਾਂ ਤੁਹਾਡਾ ਜਸ ਹੋਊਗਾ, ਇੱਕ ਤੁਹਾਨੂੰ ਧਨ ਮਿਲੂਗਾ, ਇਹ ਉਦਮ ਤੁਸੀਂ ਕਿਉਂ ਨਹੀਂ ਕਰਦੇ। ਸਭ ਬਸਿਅਨ ਸਹਿ ਕਹਿ ਕਹਿ ਇਸ ਵਿਧ, ਇਸ ਪ੍ਰਕਾਰ ਦੇ ਨਾਲ ਜਿੰਨੀਆਂ ਵੀ ਪਠਾਣਾਂ ਦੀਆਂ ਸਾਧ ਸੰਗਤ ਜੀ ਬਸਤੀਆਂ ਹੈ ਨਾ, ਪੈਂਦੇ ਖਾਨ ਰੋਜ਼ ਹੀ ਕੁਝ ਨਾ ਕੁਝ ਪਠਾਣਾਂ ਨੂੰ ਮਿਲਦਾ ਹੈ, ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਲਾਲਚ ਦਿੰਦਾ ਏ, ਉਹਨਾਂ ਨੂੰ ਗੁਰੂ ਦੇ ਖਿਲਾਫ਼ ਭੜਕਾਉਂਦਾ ਏ, ਤੁਹਾਨੂੰ ਘਰੋਂ ਕੱਢ ਦੇਣਗੇ, ਭੁੱਖੇ ਮਰ ਜਾਓਗੇ, ਇਵੇਂ ਚੁੱਕਣਾ ਵੀ ਦਿੰਦਾ ਏ ਅਤੇ ਲਾਲਚ ਵੀ ਦਿੰਦਾ ਹੈ। ਨੇਤੀ ਪਠਾਣਾ ਦੀਆਂ ਬਸੀਆਂ ਦੇ ਵਿੱਚ ਬਸਤੀਆਂ ਵਿੱਚ ਫਿਰਦਾ ਤੇ ਮਿਲਦਾ ਏ, ਆਪਣੇ ਸੰਗੀ ਕਰੇ ਬਣਾਏ, ਤੇ ਜਿਹੜੇ ਇਹਦੇ ਵਿਚਾਰ ਦੀ ਹਾਮੀ ਭਰਦੇ ਆ ਉਹਨਾਂ ਨੂੰ ਨਾਲ ਜੋੜ ਲੈਂਦਾ ਵੀ ਚਲੋ ਫਿਰ, ਕਿਉਂਕਿ ਸਾਰੇ ਤਾਂ ਨਹੀਂ ਪਰ ਜਿਹੜੇ ਵਿੱਚੋਂ ਪੈਂਦੇ ਖਾਨ ਦੇ ਹਮਾਇਤੀ ਬਣਦੇ ਆ, ਇਹਦੀ ਹਾਂ ਜ ਹਾਂ ਮਿਲਾਉਂਦੇ ਆ, ਉਹਨਾਂ ਨੂੰ ਆਪਣੇ ਸਾਥੀ ਬਣਾ ਕੇ ਗਿਣਤੀ ਤੋਰ ਰਿਹਾ ਏ। ਲੋਭ ਲੱਗੇ ਤਨ ਕੇ ਸਭ ਮਾਨੇ, ਕਹਿੰਦੇ ਵੀ ਲੋਭ ਵਸ ਹੋ ਕੇ
ਧਨ ਦੌਲਤ ਦੇ ਵਾਸਤੇ ਬਹੁਤਿਆਂ ਪਠਾਣਾ ਨੇ ਪੈਂਦੇ ਖਾਂ ਦੀ ਗੱਲ ਮੰਨ ਲਈ। ਕਹਿਣ ਲੱਗੇ ਕੋਈ ਨੀ ਪੈਂਦੇ ਖਾਂ ਜੀ, ਤੁਸੀਂ ਉਦਮ ਕਰੋ, ਹੋ ਅੱਗੇ ਕੋਈ ਨੀ ਹੈ, ਅਸੀਂ ਤੁਹਾਡੀ ਸਹਾਇਤਾ ਕਰਾਂਗੇ, ਜਿਵੇਂ ਕਹੋਗੇ ਹਰ ਤਰ੍ਹਾਂ ਦੀ ਮਦਦ ਕਰਾਂਗੇ। ਜੀ ਅਫਗਾਨ ਖਾਨ ਪ੍ਰਧਾਨੇ, ਸੋ ਇਸ ਪ੍ਰਕਾਰ ਦੇ ਨਾਲ ਜੇ ਅਫਗਾਨ ਖਾਨ ਪ੍ਰਧਾਨੇ ਜਿੰਨੇ ਵੀ ਜਿਹੜੇ ਪਠਾਣਾ ਦੇ ਅਫਗਾਨਾਂ ਦੇ ਪ੍ਰਧਾਨ ਮੁਖੀ ਮੁਖੀ ਸਨ, ਮਿਲੇ ਪੰਚ ਸਹਿ ਕਰੀ ਸਲਾਹ, ਉਹ ਸਾਰੇ ਚੰਗੇ ਚੰਗੇ ਜਿਹੜੇ ਪਠਾਣ ਸੀ ਉਹ ਇਕੱਠੇ ਹੋ ਗਏ ਤੇ 500 ਹੋ ਗਏ। 500 ਦੀ ਗਿਣਤੀ ਜਿਹਨੇ ਆਪਣੇ ਨਾਲ ਪਠਾਣ ਜੋੜ ਲਏ, ਮਿਲ ਕੇ ਸਲਾਹ ਕਰਦੇ ਨੇ। ਕਿਤਕ ਕਹਿਓ ਇਹ ਨਿਮਕ ਹਰਾਮੇ, ਕੁਝ ਕੁ ਬੰਦਿਆਂ ਨੇ ਤਾਂ ਜਦੋਂ ਕਿਉਂਕਿ ਪੈਂਦੇ ਖਾਂ ਸਾਰਿਆਂ ਨਾਲ ਗੱਲ ਕਰ ਗਏ ਤਾਂ ਚਲੇ ਗਏ ਆਪਣੇ ਘਰ ਨੂੰ, ਅਤੇ ਮਗਰ ਉਹਨਾਂ ਨੇ ਸਲਾਹ ਕੀਤੀ ਵੀ ਇਹ 'ਚ ਆਪਣਾ ਫਾਇਦਾ, ਕਈ ਤਾਂ ਕਹਿੰਦੇ ਫਾਇਦਾ ਹੀ ਹੈ ਵੀ ਜੋ ਪੈਂਦੇ ਖਾਂ ਕਹਿੰਦਾ ਦੋਵੇਂ ਪਾਸਿਓਂ ਆਪਾਂ ਨੂੰ ਮਾਲ ਹੱਥ ਲੱਗੂਗਾ, ਕੁਝ ਕੁ ਵਿੱਚੋਂ ਕਹਿੰਦੇ ਸੀ ਇਹਦੇ ਪਾਖੇ ਨਾ ਲੱਗੋ, ਐਂ ਮਰਵਾਊਗਾ, ਇਹਦਾ ਨਿਮਕ ਹਰਾਮੀ, ਇਹਨੇ ਤਾਂ ਲੂਣ ਖਾਧਾ ਗੁਰੂ ਦਾ ਅਤੇ ਹੁਣ ਹਰਾਮ ਕਰ ਰਿਹਾ ਹੈ। ਸੋ ਇਸ ਪ੍ਰਕਾਰ ਦੇ ਨਾਲ ਕਈ ਜਿਹੜੇ ਹਨ ਉਹ ਤਾਂ ਕਹਿੰਦੇ ਵੀ ਇਹ ਨਿਮਕ ਹਰਾਮੀ ਹੈ, ਪਾ ਰਿਹਾ ਜਿਹਨੇ ਹੋਦ ਸਮੂਹਾਏ, ਵੀ ਜਿਸ ਗੁਰੂ ਨੇ ਇਹਦੀ ਇਹ ਪਾਲਣਾ ਕੀਤੀ ਬਚਪਨ ਤੋਂ, ਜਿਨ੍ਹਾਂ ਨੇ ਰੋਜੀ ਰੋਟੀ ਇਹਨੂੰ ਦਿੱਤੀ ਆ, ਉਹਨਾਂ ਦੇ ਸਾਹਮਣੇ ਹੁਣ ਖੜਾ ਹੁੰਦਾ ਹੈ। ਹਾਂ, ਜਿਹੜਾ ਕੋਈ ਸਿਆਣਾ ਬੰਦਾ ਹੈ ਨਾ, ਜਿਹੜਾ ਕੋਈ ਸਿਆਣਾ ਪਠਾਣ ਹੈ, ਉਹ ਤਾਂ ਇਹੀ ਸਲਾਹ ਦਿੰਦਾ ਬਾਕੀਆਂ ਨੂੰ ਵੀ ਇਹ ਮੂਰਖ ਐਵੇਂ ਫੁੱਲਿਆ ਫਿਰਦਾ ਹੰਕਾਰ ਵਿੱਚ, ਗਹੋਂ ਗੁਰ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵਾਂਗਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜਨ ਦੇ ਯਤਨ ਕਰਦਾ ਹੈ, ਆਪਣੇ ਚਿੱਤ ਵਿੱਚ ਇਹੋ ਜਿਹੀਆਂ ਵਿਚਾਰਾਂ ਲਿਆਉਂਦਾ ਏ। ਇਸ ਤਰ੍ਹਾਂ 500 ਬੰਦਾ ਫਿਰ ਵੀ ਇਹਨੇ ਜਿਵੇਂ ਕਿਵੇਂ ਕਰਕੇ ਪੈਂਦੇ ਖਾਂ ਨੇ ਆਪਣੇ ਨਾਲ ਗੰਢ ਲਿਆ, ਜਦੋਂ 500 ਪਠਾਣ ਜੁੜ ਗਿਆ ਫਿਰ ਆਪਣੇ ਜਵਾਈ ਅਸਮਾਨ ਖਾਨ ਨੂੰ ਪੈਂਦਾ ਖਾਂ ਕਹਿੰਦਾ ਏ, ਸੁਣੋ ਪੁੱਤਰ ਅਬ ਦਿਲ ਮੈਂ ਨਾਹੇ, ਕਹਿਣ ਲੱਗਾ ਪੁੱਤ 500 ਪਠਾਣ ਆਪਣੇ ਨਾਲ ਇਕੱਠਾ ਹੋ ਗਿਆ, ਹੁਣ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਹੋਰ। ਕੁਤਬ ਖਾਨ ਇੱਕ ਚਚਾ ਪੁੱਤ ਮਾਮਾ, ਕਹਿਣ ਲੱਗਾ ਵੀ ਕੁਤਬ ਖਾਨ ਇੱਕ ਚਚਾ ਪੁੱਤਰ ਮਾਮ, ਮੇਰੇ ਚਾਚੇ ਦਾ ਪੁੱਤ ਕੁਤਬ ਖਾਨ ਹੈ, ਨਗਰ ਜਲੰਧਰ ਮਾਨ, ਤੇ ਆ ਜਿਹੜਾ ਨੇੜੇ ਹੀ ਜਲੰਧਰ ਹੈ ਨਾ, ਜਲੰਧਰ ਦਾ ਸੂਬਾ ਹੈ, ਉਹ ਜਲੰਧਰ ਦਾ ਸੂਬੇਦਾਰ ਹੈ, ਤੇ ਮੇਰਾ ਪੈਂਦੇ ਖਾਂ ਕਹਿੰਦਾ ਉਹ ਚਾਚੇ ਦਾ ਪੁੱਤ ਲੱਗਦਾ ਏ। ਥੋੜੇ ਕੁ ਦਿਨਾਂ ਤੋਂ ਉਹਨੂੰ ਵੱਡਾ ਮਰਾਤਬਾ, ਬਹੁਤ ਵੱਡਾ ਅਹੁਦਾ ਜਿਹੜਾ ਹੈ ਉਹ ਸ਼ਾਹਜਹਾਨ ਬਾਦਸ਼ਾਹ ਕੋਲੋਂ ਪ੍ਰਾਪਤ ਹੋਇਆ, ਤੇ ਹੋਰ ਵੱਡਾ ਉਹਦਾ ਮਿਲ ਜਾਣਾ ਇਸ ਤੋਂ ਵੀ। ਪਾਇਓ ਭਲੇ ਬਸੇ ਤਿਸ ਥਾਨ, ਤੇ ਹੁਣ ਸੂਬੇਦਾਰੀ ਕਰਦਾ ਏ, ਤੇ ਸੂਬੇਦਾਰੀ ਪਾ ਕੇ ਇਸ ਜਲੰਧਰ ਸ਼ਹਿਰ ਦੇ ਵਿੱਚ ਵੱਸਦਾ ਹੈ ਬੜਾ ਸੁਖ ਮੰਨ ਕੇ। ਪੂਰਬ ਮਸਲਤ ਕਰਕੇ ਤਹਿਸੂ, ਅਸਮਾਨ ਖਾਨ ਨੂੰ ਪੈਂਦੇ ਖਾਂ ਕਹਿੰਦਾ ਵੀ ਪਹਿਲਾਂ ਆਪਾਂ ਆਪਣੇ ਭਰਾ ਦੇ ਨਾਲ ਕੁਤਬ ਖਾਨ ਦੇ ਨਾਲ ਜਾ ਕੇ ਮਿਲੀਏ, ਉਹਦੇ ਨਾਲ ਸਾਰੀ ਸਲਾਹ ਕਰੀਏ ਵੀ ਏਦਾਂ ਅਸੀਂ ਗੁਰੂ ਨਾਲ ਜੰਗ ਕਰਨਾ ਚਾਹੁੰਦੇ ਹਾਂ। ਹੋਰ ਜੰਗ ਸੰਗ ਗੁਰ ਕੇ ਠਾਨ, ਅਤੇ ਫਿਰ ਆਪਾਂ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੰਗ ਕਰਾਂਗੇ। ਭਏ ਪਠਾਨ ਸਹਾਇਕ ਇਹ ਸਭ, ਤੇ ਭਏ ਪਠਾਨ ਸਹਾਇਕ ਇਹ ਸਭ, ਇਹ ਪਠਾਨ ਤਾਂ ਹੁਣ ਜਿਹੜੇ 500 ਹੈ
ਇਹ ਤਾਂ ਆਪਣੇ ਨਾਲ ਮਿਲ ਹੀ ਗਏ ਹੈ, ਤਾਂ ਆਪਣੇ ਸਹਾਇਕ ਹੋ ਹੀ ਗਏ ਹੈ। ਤੇ ਜੇ ਜਲੰਧਰ ਦਾ ਸੂਬਾ ਵੀ ਪੈਂਦਾ ਕਹਿੰਦਾ ਆਪਣੇ ਨਾਲ ਮਿਲ ਗਿਆ, ਆਪਣਾ ਭਰਾ ਹੈ, ਚਾਚੇ ਦਾ ਪੁੱਤ ਹੈ, ਤਾਂ ਫਿਰ ਤਾਂ ਕਾਰਜ ਆਪਣਾ ਬੜਾ ਸੌਖਾ ਬਣ ਜਾਵੇਗਾ। ਵਿਚਾਰ ਕਰ ਸੰਗ ਚੜਾਇਓ। ਇਸ ਤਰ੍ਹਾਂ ਸਾਧ ਸੰਗਤ ਆਪਸ ਵਿੱਚ ਵਿਚਾਰ ਕਰਕੇ ਪੈਂਦੇ ਖਾਂ ਸਮਾਨ ਖਾਨ ਤੇ ਜਿਹੜੇ 500 ਪਠਾਨ ਸਨ ਉਹਨਾਂ ਨੂੰ ਨਾਲ ਹੀ ਲੈ ਗਿਆ ਚੜਾ ਕਰਕੇ। ਉੱਪਰ 500 ਚੜੇ ਪਠਾਨ, ਆਪ ਵੀ ਚੱਲ ਪਿਆ ਤੇ ਬਾਕੀ 500 ਪਠਾਨ ਵੀ ਜਿਹੜੇ ਹਨ ਜਲੰਧਰ ਦੇ ਸੂਬੇ ਨੂੰ ਮਿਲਣ ਵਾਸਤੇ ਚੱਲ ਪਏ। ਮਿਲ ਸਭ ਗਏ ਜਲੰਧਰਪੁਰ ਕੋ, ਸਾਰੇ ਆਪਸ ਵਿੱਚ ਮਿਲ ਕੇ ਜਲੰਧਰ ਸ਼ਹਿਰ ਨੂੰ ਜਦੋਂ ਜਾ ਪਹੁੰਚੇ, ਉਤਰੇ ਬਾਗਰ ਨਹਿਰ ਚਠਾਨ, ਬੜੇ ਸੋਹਣੇ ਬਾਗ ਸਨ ਜਲੰਧਰ ਦੇ ਵਿੱਚ ਜਿੱਥੇ ਸੂਬੇ ਦੀ ਰਿਹਾਇਸ਼ ਬਾਗਾਂ ਦੇ ਵਿੱਚ ਸੁੱਖ ਮੰਨ ਕੇ ਉੱਠੇ ਹਨ। ਵਾਹਿਗੁਰੂ ਆਪਣੇ ਘੋੜਿਆਂ ਤੋਂ ਉਤਰੇ ਨੇ, ਘੋੜੇ ਬੰਨੇ ਨੇ ਬਾਗ ਵਿੱਚ, ਜਾ ਕਰਕੇ ਕੁਤਬ ਖਾਨ ਦੇ ਕੋਲ ਪੈਂਦੇ ਖਾਨ ਤੇ ਬਾਕੀ 500 ਪਠਾਨ ਮਿਲੇ। ਚਾਰ ਸਫੇਰੇ ਸੂਬੇ ਦੇ ਕੋਲ ਬੈਠ ਗਏ ਜਲੰਧਰ ਦੇ, ਬੜੇ ਖੁਸ਼ ਹੋ ਰਹੇ ਨੇ ਆਪਸ ਵਿੱਚ ਮਿਲ ਕਰਕੇ। ਆਪਸ ਵਿੱਚ ਚੰਗੀਆਂ ਚੰਗੀਆਂ ਗੱਲਾਂ ਕਰਦੇ ਨੇ, ਮੁਸਕਰਾਉਂਦੇ ਹਨ, ਹੱਸਦੇ ਹਨ ਇੱਕ ਦੂਜੇ ਦੇ ਨਾਲ। ਜਦੋਂ ਵੇਖਿਆ ਨਾ ਵੀ ਗੱਲਬਾਤ ਖੁੱਲ ਗਈ ਹੈ, ਮਾਹੌਲ ਜਿਹਾ ਬਣ ਗਿਆ, ਤੇ ਉਦੋਂ ਪੈਂਦੇ ਖਾਨ ਫਿਰ ਕਹਿਣ ਲੱਗਾ ਆਪਣੇ ਭਰਾ ਦੇ ਤਾਈਂ, ਜਲੰਧਰ ਦੇ ਸੂਬੇ ਦੇ ਤਾਈਂ, ਸੁਣੋ ਭਰਾਤ ਹਮ ਸਗਰੇ ਮਿਲ ਕਰ, ਸੁਣੋ ਭਰਾਤ ਹਮ ਸਗਰੇ ਮਿਲ ਕਰ। ਕਹਿੰਦਾ ਵੀ ਹੇ ਕੁਤਬ ਖਾਨ, ਤੂੰ ਮੇਰਾ ਭਰਾ ਏ ਤੇ ਅਸੀਂ ਸਾਰੇ ਹੀ ਜਾਣੇ ਜਿਹੜੇ ਮਿਲ ਕਰਕੇ ਹੁਣ ਤੇਰੇ ਕੋ ਆਏ ਆ, ਟਿਕੇ ਆਏ ਮੇਰੇ ਕੋ ਸੰਗ, ਹਾਂ ਤੇਰੇ ਨਾਲ ਅਸੀਂ ਤੈਨੂੰ ਨਾਲ ਲਾਉਣ ਵਾਸਤੇ ਆਏ ਆ ਆਪਣੇ ਲੱਖ ਲਾਇਕ ਕੋ ਮਨਸਬ ਦੀਰਗ, ਕਿਉਂਕਿ ਇੱਕ ਤਾਂ ਪੈਂਦੇ ਖਾਂ ਕਹਿੰਦਾ ਤੂੰ ਮੇਰਾ ਭਰਾ ਏ, ਦੂਸਰਾ ਤੂੰ ਬੜਾ ਲਾਇਕ ਹੈ, ਤੇ ਫਿਰ ਤੇਰੇ ਕੋਲ ਅਹੁਦਾ ਵੀ ਚੰਗਾ ਹੈ ਇਸ ਵੇਲੇ, ਸਭ ਤੇ ਤੂੰ ਕਹੇ ਜਾਣੇ ਤੰਗ, ਤੇ ਅਸੀਂ ਆਪਣੇ ਆਪ ਦੇ ਵਿੱਚੋਂ ਸਾਰੇ ਤੋਂ ਵੱਡਾ ਤੈਨੂੰ ਜਾਣ ਕਰਕੇ, ਕਿਉਂਕਿ ਤੈਨੂੰ ਸੂਬਾ ਬਣਾਇਆ ਹੈ ਸ਼ਾਹਜਹਾਨ ਬਾਦਸ਼ਾਹ ਨੇ, ਤੇਰੇ ਵੱਲ ਅਸੀਂ ਆਏ ਹਾਂ ਸਾਰੇ। ਕੁਤਬ ਖਾਨ ਬੋਲਿਓ ਤੁਮ ਕਿਤ ਕੋ ਭਾਈ, ਤੇ ਜਦੋਂ ਇਹਨੇ ਆਖਿਆ ਨਾ ਵੀ ਅਸੀਂ ਤੇਰੇ ਵੱਲ ਆਇਆ ਤੈਨੂੰ ਨਾਲ ਮਿਲਾ ਕੇ ਲੈ ਕੇ ਜਾਣਾ, ਤਾਂ ਕੁਤਬ ਖਾਨ ਸੂਬਾ ਕਹਿਣ ਲੱਗਾ ਵੀ ਤੁਸੀਂ ਕਿਸ ਵਾਸਤੇ ਆਏ ਹੋ, ਇਕੱਠੇ ਚੜੇ ਤੁਰੰਗ, ਭਾਈ ਇਕੱਠੇ ਚੜੇ ਤੁਰੰਗ, ਕਾਹਦੇ ਵਾਸਤੇ ਤੁਸੀਂ ਸਾਰੇ ਇਕੱਠੇ ਹੋ ਕੇ ਘੋੜਿਆਂ ਤੇ ਚੜ ਕੇ ਮੇਰੇ ਕੋਲ ਆਏ ਹੋ, ਮਾਝ ਮਿਲਾਏ ਕਰ ਗਮਨਿਓ ਕਿਸ ਥਲ, ਤੇ ਇਸ ਪ੍ਰਕਾਰ ਦੇ ਨਾਲ ਮੁਝ ਮਿਲਾਏ ਕਰ ਗਮਨੋ ਕਿਸ ਸਾਲ, ਜਲੰਧਰ ਦਾ ਸੂਬਾ ਕਹਿੰਦਾ ਵੀ ਮੈਨੂੰ ਮਿਲਾ ਕੇ ਆਪਣੇ ਨਾਲ ਤੇ ਕਿਹੜੇ ਥਾਂ ਤੁਸੀਂ ਜਾਣਾ ਚਾਹੁੰਦੇ ਹੋ, ਵੀ ਤਾਂ ਗੱਲ ਕੋਈ ਦੱਸੋ, ਭੇਦ ਖੋਲੋ, ਪੈਂਦੇ ਖਾਨ ਤੇਰਾ ਕਿਹੜਾ ਕੋਈ ਕੰਮ ਵਿਗੜ ਗਿਆ, ਕਿਹੜੀ ਕੋਈ ਪੁੱਠੀ ਬਾਤ ਬਣ ਗਈ ਹੈ, ਤੂੰ ਤਾਂ ਗੁਰ ਢਿੱਗ ਰਹਿਤ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨੌਕਰੀ ਕਰਦਾ ਸੀ ਛੇਵੇਂ ਪਾਤਸ਼ਾਹ ਕੋ, ਬੜਾ ਖੁਸ਼ ਸੀ ਜਦੋਂ ਵੀ ਕਿਤੇ ਮਿਲਣਾ
ਜਾਂ ਕੋਈ ਸੁਨੇਹਾ ਆਉਣਾ ਵੀ ਬੜੀ ਖੁਸ਼ੀ ਜ਼ਾਹਰ ਕਰਨੀ ਵੀ ਗੁਰੂ ਹਰਗੋਬਿੰਦ ਸਾਹਿਬ ਕੋਲ ਮੈਂ ਬੜਾ ਖੁਸ਼ੀ ਰਾਜੀ ਰਹਿੰਦਾ ਹਾਂ। ਆਪ ਕੈਸੇ ਕਹੋ ਭਈ ਵਿਚਾਰ, ਪਰ ਹੁਣ ਕੀ ਵਿਚਾਰ ਹੋਈ ਹੈ, ਕਿੱਥੇ ਜਾਣ ਵਾਸਤੇ? ਕੁਤਬ ਖਾਨ ਕਹਿੰਦਾ, ਪੈਂਦੇ ਖਾਨ ਤੂੰ ਆਇਆ ਹੈ ਮੇਰੇ ਕੋਲ, ਆਪਣੇ ਭਰਾ ਕੁਤਬ ਖਾਨ ਕੋ ਸੁਣ ਕੇ। ਪੈਂਦੇ ਖਾਨ, ਪੈਂਦ ਖਾਨ ਸੁਣ ਬਾਤ ਭਰਾਤ ਤੇ, ਭਰਾ ਕੋਲੋਂ ਸੁਣ ਕੇ ਪੈਂਦੇ ਖਾਂ ਕਹਿਣ ਲੱਗਾ, ਉਹ ਗੁਰੂ ਨਾਲ ਦੇ ਕਹਿੰਦਾ ਹੁਣ ਕਿੱਥੇ, ਉੱਥੇ ਤੇ ਮੇਰਾ ਵਿਗਾੜ ਪੈ ਗਿਆ ਏ। ਸਰਬ ਪ੍ਰਸੰਗ ਉਚਾਰ, ਸਾਰਾ ਹੀ ਪ੍ਰਸੰਗ ਜਿਹੜਾ ਹੈ ਪੈਂਦੇ ਖਾਂ ਨੇ ਆਪਣੇ ਹਿਸਾਬ ਦੇ ਨਾਲ ਉਚਾਰ ਕੇ ਦੱਸਿਆ। ਵਿਗੜ ਪਰਿਓ ਪ੍ਰਸੰਗ ਬਿਰਸ ਭਾ, ਬਿਰਸ ਭਾ ਕਹਿੰਦਾ ਵੀ ਮੇਰੀ ਤਾਂ ਵਿਗੜ ਗਈ ਹੈ ਗੁਰੂ ਹਰਗੋਬਿੰਦ ਸਾਹਿਬ ਨਾਲ, ਖੜਕ ਗਈ ਹੈ ਮੇਰੀ, ਹੁਣ ਤਾਂ ਬੇਰਸ ਹੋ ਗਏ ਹਾਂ ਅਸੀਂ। ਸਭਾ ਵਿੱਚ ਪਤ ਦਈ ਉਤਾਰ, ਗੁਰੂ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ, ਸਭਾ ਦੇ ਵਿੱਚ ਹੀ ਮੇਰੀ ਇੱਜ਼ਤ ਰੋਲਦੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ। ਕਰੇ ਜਬਰੀ ਕਿਆ ਉਚਰੋ, ਹੋਰ ਪੈਂਦੇ ਖਾਂ ਕਹਿੰਦਾ ਹੇ ਭਰਾਵਾ ਮੇਰੇ ਨਾਲ ਕੀ ਜ਼ਬਰਦਸਤੀਆਂ ਕੀਤੀਆਂ, ਧੱਕਾ ਕੀਤਾ, ਕਿਹੜਾ ਕਿਹੜਾ ਉਚਾਰਨ ਕਰਕੇ ਤੈਨੂੰ ਦੱਸਾਂ। ਹੁਣ ਤਾਂ ਬਸ ਵੈਰ ਪੈ ਗਿਆ ਤੇ ਮੇਰੇ ਅੰਦਰ ਬੜਾ ਗੁੱਸਾ ਹੈ ਗੁਰੂ ਦੇ ਤਾਈ। ਯਤਨ ਰਚਿਓ ਜਿਮ ਸੁਣੋ ਭਰਾਤ, ਤੇ ਹੇ ਭਰਾਤ ਹੁਣ ਯਤਨ ਰਚਿਓ ਜਿਮ ਸੁਣੋ ਭਰਾ, ਜਿਵੇਂ ਹੁਣ ਮੈਂ ਯਤਨ ਰਚ ਰਿਹਾ ਨਾ, ਜਿਹੜੇ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਹੇ ਕੁਤਬ ਖਾਨ ਸੁਣ ਤੂੰ। ਸੋ ਸ਼ਾਹਜਹਾਂ ਸੋ ਮਿਲਹਿ ਜਾਏ, ਕਹਿੰਦੇ ਵੀ ਤੇਰੇ ਸਮੇਹ ਦੀ ਨਾ ਅਸੀਂ ਹੁਣ ਸ਼ਾਹਜਹਾਂ ਬਾਦਸ਼ਾਹ ਨੂੰ ਜਾ ਕੇ ਮਿਲਣਾ ਚਾਹੁੰਦੇ ਹਾਂ ਲਾਹੌਰ। ਹਰਗੋਬਿੰਦ ਕੋ ਭੇਦ ਬਿਲੰਦ, ਬਾਕੀ ਗੁਰੂ ਹਰਗੋਬਿੰਦ ਸਾਹਿਬ ਦੇ ਜਿੰਨੇ ਵੀ ਭੇਦ ਹੈ ਨਾ ਹੁੰਦਾ ਹੈ, ਪਤਾ ਹੁੰਦਾ ਹੈ ਤਾਕਤ ਦਾ ਕਮਜ਼ੋਰੀ ਦਾ, ਤੇ ਪੈਂਦੇ ਖਾਂ ਕਹਿੰਦਾ ਮੈਂ ਗੁਰੂ ਘਰ ਦੇ ਸਾਰੇ ਭੇਦ ਜਾਣਦਾ ਹਾਂ। ਸਭ ਵਿਦ ਤੇ ਦੇਹੋ ਸਮਝਾਏ, ਤੇ ਤੂੰ ਮੈਨੂੰ ਇੱਕ ਵਾਰ ਸ਼ਾਹਜਹਾਂ ਬਾਦਸ਼ਾਹ ਕੋਲ ਲੈ ਜਾ, ਸ਼ਾਹਜਹਾਂ ਨੂੰ ਜਾ ਕੇ ਮੈਂ ਹਰ ਤਰ੍ਹਾਂ ਕਰਕੇ ਗੁਰੂ ਸਾਹਿਬ ਦੀਆਂ ਕਮੀਆਂ ਦੱਸ ਦਾਂਗਾ ਵੀ ਕਿਹੜੀਆਂ ਕਿਹੜੀਆਂ ਕਮੀਆਂ ਨੇ। ਹਰੇ ਸ਼ਾਹ ਕੇ ਹਾਰ ਤੀਨ ਰਾਨਾ, ਤਿੰਨ ਜੰਗਾਂ ਦੇ ਵਿੱਚ ਸ਼ਾਹਜਹਾਂ ਦੀ ਹਾਰ ਹੋਈ ਹੈ ਗੁਰੂ ਸਾਹਿਬ ਨਾਲ ਲੜਦਿਆਂ। ਤੇ ਜਦੋਂ ਮੈਂ ਹੁਣ ਭੇਦ ਦੱਸਾਂਗਾ ਸਾਰੇ ਵੀ ਏਦਾਂ ਜੰਗ ਕਰੋ ਗੁਰੂ ਨੂੰ ਜੇ ਹਰਾਉਣਾ ਹੈ ਤਾਂ ਉਹ ਤਿੰਨਾਂ ਜੰਗਾਂ ਦਾ ਫਿਰ ਸ਼ਾਹਜਹਾਂ ਮੇਰੇ ਕੋਲੋਂ ਸੁਣ ਕੇ ਤੇ ਬਦਲਾ ਲੈ ਲਵੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕਰਕੇ ਮੈਂ ਸ਼ਾਹਜਹਾਂ ਨੂੰ ਕਹਾਂਗਾ, ਵਿਸ਼ਵਾਸ ਦਿਵਾਵਾਂਗਾ ਵੀ ਗੁਰੂ ਨੂੰ ਪਕੜ ਕੇ ਮੈਂ ਹੇ ਸ਼ਾਹਜਹਾਂ ਤੇਰੇ ਕੋਲ ਲੈ ਕੇ ਆਵਾਂਗਾ, ਪੇਸ਼ ਕਰਾਂਗਾ। ਇਸ ਪ੍ਰਕਾਰ ਤੇ ਧੀਰ ਧਰਾਏ, ਇਸ ਤਰ੍ਹਾਂ ਦੀ ਸ਼ਾਹਜਹਾਂ ਬਾਦਸ਼ਾਹ ਨੂੰ ਧੀਰਜ ਤਸੱਲੀ ਦੇਣਾ ਕਰਾਂਗਾ। ਜਯੋ ਕਿਉਂ ਕਰ ਬੜ ਲਸ਼ਕਰ ਲੈ, ਤੇ ਜਿਵੇਂ ਕਿਵੇਂ ਕਰਕੇ ਸ਼ਾਹਜਹਾਂ ਬਾਦਸ਼ਾਹ ਕੋ ਬਹੁਤ ਵੱਡੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਆ ਕੇ ਜੰਗ ਕਰਾਂਗਾ। ਇਸ ਤਰ੍ਹਾਂ ਜਦੋਂ ਸ਼ਾਹਜਹਾਂ ਮੈਨੂੰ ਫੌਜ ਦੇ ਦੂਗਾ ਮੇਰੀਆਂ ਗੱਲਾਂ ਤੇ ਪੈਂਦੇ ਖਾਂ ਕਹਿੰਦਾ ਭਰੋਸਾ ਕਰਕੇ ਫਿਰ ਮੈਂ ਜੰਗ ਕਰਾਂਗਾ, ਜਾਂ ਤਾਂ ਗੁਰੂ ਨੂੰ ਮੈਦਾਨ ਵਿੱਚ ਮਾਰ ਦਾਂਗਾ ਖਤਮ ਕਰ ਦਾਂਗਾ, ਤੇ ਜਾਂ ਜਿਉਂਦੇ ਨੂੰ ਪਕੜ ਲਵਾਂਗਾ। ਤਬ ਮੇਰੋ ਤਨ ਮਨ ਸਤਲਾਏ, ਤੇ ਜਿਹੜੀ ਮੇਰੇ ਨਾਲ ਗੁਰੂ ਨੇ ਕੀਤੀ ਹੈ ਉਹ ਬਦਲਾ ਲੈ ਕੇ ਤਾਂ ਮੇਰੇ ਤਨ ਮਨ ਨੂੰ ਠੰਡ ਪੈਂਦੇ ਖਾਂ ਕਹਿੰਦਾ ਪਵੇਗੀ। ਤੁਮ ਵੀ ਬਨਹੋ ਸਹਾਇਕ ਗਮਨਿਓ, ਤੇ ਤੇਰੇ ਕੋਲ ਇਹ ਕੁਤਬ ਖਾਂ ਤਾਂ ਆਏ ਆ ਵੀ ਤੂੰ ਸੂਬਾ ਹੈ,
ਤੇ ਤੁਮ ਵੀ ਬਣੋ ਸਹਾਇਕ ਗਮਨੋ, ਤੂੰ ਵੀ ਸਾਡੀ ਸਹਾਇਤਾ ਕਰ। ਸਾਡੀ ਪੈਂਦੇ ਖਾਂ ਕਹਿੰਦਾ ਵੀ ਸ਼ਾਹਜਹਾਨ ਨਾਲ ਗੱਲਬਾਤ ਕਰਾ ਚੰਗੀ ਤਰ੍ਹਾਂ, ਉਹਨਾਂ ਦੇ ਨਾਲ ਸਾਡੀ ਤੂੰ ਵਿੱਚ ਪੈ ਕਰਕੇ ਸਹਾਇਤਾ ਕਰ। ਲਾਇਕ ਭਰਾਤ ਜਾਣ ਕਰਿਆ ਏ, ਹਾਂ ਤੂੰ ਸਾਡਾ ਲਾਇਕ ਭਰਾ ਏ, ਵੇਖ ਕਿੱਡੇ ਵੱਡੇ ਅਹੁਦੇ ਤੇ ਬੈਠਾ ਏ, ਅਸੀਂ ਸਾਰੇ ਪਠਾਨ ਭਾਈ ਤੇਰੇ ਕੋਲ ਤੇਰੀ ਆਸ ਤੱਕ ਕੇ ਆਏ ਹਾਂ। ਸਮਾਂ ਪਾਏ ਸਸ ਕਾਰਜ ਪਹਿਰੈ, ਤੇ ਤੂੰ ਸਮਾਂ ਪਾਏ ਅਸ ਕਾਰਜ ਪਰ ਹੈ। ਕਹਿੰਦੇ ਵੀ ਇੱਕ ਸਮਾਂ ਪਾ ਕੇ ਇਹੋ ਜਿਹਾ ਕੋਈ ਕਾਰਜ ਤੋਂ ਪੈ ਜਾਂਦਾ ਹੈ, ਵਾਰ ਵਾਰ ਹੋਏ ਨਹਿਸ ਭਾਏ, ਇਹ ਕਦੀ ਕਦਾਈ ਕਹਿੰਦਾ ਜ਼ਿੰਦਗੀ ਜੇ ਇਹੋ ਜਿਹੀ ਲੋੜ ਪੈ ਜਾਂਦੀ ਆਪਣੇ ਭਾਈਆਂ ਦੀ, ਇਹ ਕਿਹੜਾ ਰੋਜ਼ ਕਿਤੇ ਇਹੋ ਜਿਹੀ ਗੱਲ ਬਣਦੀ ਹੈ, ਹੁਣ ਗੱਲ ਬਣ ਆਈ ਹੈ ਤੇ ਤੂੰ ਮੇਰੀ ਮਦਦ ਕਰ ਦੇ। ਦੁਬਾਰਾ ਭੀੜ ਪਰੇ ਰੱਖਿਅਕ ਬਣੈ, ਪੈਂਦੇ ਖਾਂ ਕਹਿਣ ਲੱਗਾ ਵੀ ਜਦੋਂ ਭੀੜ ਪੈਂਦੀ ਹੈ ਨਾ ਆਪਣਿਆਂ ਤੇ, ਤੇ ਜੇ ਕੋਈ ਰੱਖਿਆ ਕਰੇ ਭਰਾਤਾ ਸ਼ੁਭ ਕਹਿ ਬੀਤ, ਤੇ ਭਾਵੇਂ ਉਹ ਭਰਾ ਹੋਵੇ ਤੇ ਭਾਵੇਂ ਕਹਿੰਦੇ ਵੀ ਸੁੱਤ ਪੁੱਤਰ ਹੋਵੇ ਤੇ ਭਾਵੇਂ ਕੋਈ ਮਿੱਤਰ ਹੋਵੇ, ਹਿਮ ਦਾਤਾ ਦੁਰਭਿਸ਼ ਮੈਂ ਤੀਨਹੁ, ਹਿਮ ਦਾਤਾ ਦੁਰਭਿਸ਼ ਮੈਂ, ਤੇ ਕਹਿੰਦੇ ਵੀ ਇਸੇ ਪ੍ਰਕਾਰ ਦੇ ਨਾਲ ਜਿਵੇਂ ਕੋਈ ਭਰਾ ਹੋਵੇ ਤੇ ਚੰਗਾ ਮਿੱਤਰ ਹੋਵੇ, ਤੇ ਫਿਰ ਜਿਹੜਾ ਕੋਈ ਦਾਤਾ ਜਿਹਦੇ ਕੋਲ ਬਹੁਤੀ ਮਾਇਆ ਹੈ, ਜਦੋਂ ਦੁਰਭਿਸ਼ ਕਾਲ ਦਾ ਸਮਾਂ ਪਵੇ ਤੀਨੋਂ ਲੈ ਜਸਨੀਤ, ਇਹ ਜਦੋਂ ਤਿੰਨੇ ਜਾਣੇ ਮਦਦ ਕਰਦੇ ਆ ਨਾ, ਭਾਵ ਕਿ ਜਦੋਂ ਕੋਈ ਸੱਜਣ ਕੋਈ ਭਰਾ ਆਪਣੇ ਭਰਾ ਦੀ, ਸੱਜਣ ਆਪਣੇ ਸੱਜਣ ਦੀ ਲੋੜ 'ਤੇ ਮਦਦ ਕਰੇ, ਕੋਈ ਜਿਹੜਾ ਧਨੀ ਸ਼ਾਹੂਕਾਰ ਮਾਇਆਧਾਰੀ ਹੈ ਅਤੇ ਬਿਵਤਾ ਬਣੀ ਤੋਂ ਲੋਕਾਂ ਦੀ ਕੋਈ ਸਹਾਇਤਾ ਕਰ ਦੇਵੇ, ਤਿੰਨਾਂ ਦੀ ਵਡਿਆਈ ਸਭ ਤੋਂ ਜ਼ਿਆਦਾ ਹੁੰਦੀ ਜਹਾਨ ਅੰਦਰ। ਆਤਮ ਪਰ ਉਪਕਾਰ ਜੋ, ਕਹਿੰਦੇ ਵੀ ਭਰਾਵਾਂ ਦੇ ਉੱਤੇ ਜਿਹੜਾ ਪਰ ਉਪਕਾਰ ਕਰਨਾ ਹੈ ਨਾ ਆਪਣੇ ਭਰਾਵਾਂ 'ਤੇ ਆਪਣੇ ਸੱਜਣਾਂ 'ਤੇ, ਉਹ ਇਸ ਪ੍ਰਕਾਰ ਦੇ ਨਾਲ ਹੈ ਵੀ ਜਿਵੇਂ ਪੈਸੇ ਜਮ੍ਹਾਂ ਕਰਕੇ ਰੱਖੀਦੇ ਆ ਨਾ ਵੀ ਲੋੜ ਪੈਣ 'ਤੇ ਵਰਤਾਂਗੇ, ਇਵੇਂ ਭਰਾਵਾਂ ਦੀ ਮਦਦ ਕਰਨ ਦੇ ਨਾਲ ਵੀ ਫਾਇਦਾ ਹੀ ਹੁੰਦਾ ਹੈ। ਕਿਉਂਕਿ ਧਨ ਇਕੱਠਾ ਕੀਤਾ ਜਦੋਂ ਦਰਿੱਦਰ ਕਿਤੇ ਗਰੀਬੀ ਆਵੇ ਉਦੋਂ ਕੰਮ ਆਉਂਦਾ ਹੈ, ਤੇ ਭਰਾਵਾਂ ਦੀ ਮਦਦ ਕੀਤੀ ਫਿਰ ਜਦੋਂ ਆਪਣੇ ਦੇ ਭੀੜ ਪਵੇ ਤੇ ਉਦੋਂ ਕੰਮ ਆਉਂਦੀ ਹੈ ਬਦਲੇ ਵਿੱਚ। ਇਸ ਤਰ੍ਹਾਂ ਸਾਰੇ ਹੀ ਸੰਕਟ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਰਾਜਨੀਤ ਜਾਣਤ ਭਲੇ, ਤੇ ਤੇਰੇ ਕੋਲ ਹੀ ਤਾਂ ਇਹ ਆ ਵੀ ਤੂੰ ਰਾਜਨੀਤੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਮਿਲਲ ਰਨ ਕੇ ਘਾਤ, ਤੇ ਫਿਰ ਮਿਲ ਕੇ ਜਿਹੜਾ ਲੜਨਾ ਏ ਅਤੇ ਜਿਹੜੇ ਘਾ ਦਾ ਘਾ ਲਾਉਣੇ ਹੈ ਜੰਗ ਦੇ ਮੈਦਾਨ ਵਿੱਚ ਜੋ ਜਾਣਾ ਹੈ। ਪੈਂਦੇ ਖਾਨ ਕਹਿੰਦਾ ਹੇ ਕੁਤਬ ਖਾਨ, ਤੂੰ ਬੜਾ ਹੀ ਦਾਨਸ਼ਵੰਦ ਹੈ, ਬੜਾ ਹੀ ਤੂੰ ਸਿਆਣਾ ਹੈ, ਬੜਾ ਤੂੰ ਬਲੀ ਹੈ, ਇਹ ਮਸਲੇ ਤੇ ਤੇਰੇ ਕੋਲ ਅਸੀਂ ਸਾਰੇ ਖਾਨ ਪਠਾਨ ਭਰਾ ਇਕੱਤਰ ਹੋ ਕੇ ਆਏ ਹਾਂ, ਤੇ ਮਿਲ ਕੇ ਸਾਡੇ ਨਾਲ ਸਲਾਹ ਕਰ ਫਿਰਨ ਕਿਵੇਂ ਕੰਮ ਕਰਨਾ ਹੈ, ਕਿਵੇਂ ਸ਼ਾਹਜਹਾਂ ਕੋਲ ਚੱਲੀਏ, ਗੁਰੂ ਨੂੰ ਕਿਵੇਂ ਫੜੀਏ ਜਾਂ ਮਾਰੀਏ, ਦੱਸ ਹੁਣ ਤੂੰ। ਕੁਤਬ ਖਾਨ ਸੁਣ ਬਿਸਮ ਮਾਨ, ਕੁਤਬ ਖਾਨ ਨੇ ਜਦੋਂ ਪੈਂਦੇ ਖਾਨ ਦੀਆਂ ਗੱਲਾਂ ਸੁਣੀਆਂ ਤੇ ਬੜਾ ਹੈਰਾਨ ਹੋਇਆ ਮਨ ਵਿੱਚ, ਕੁਝ ਸਮੇਂ ਵਾਸਤੇ ਤਾਂ ਚੁੱਪ ਹੀ ਹੋ ਗਿਆ ਜਦੋਂ ਪੈਂਦੇ ਖਾਨ ਕੋਲ ਸੁਣਿਆ ਵੀ ਮੈਂ ਗੁਰੂ ਨਾਲ ਜੰਗ ਕਰਨਾ ਹੈ। ਉਹਨੇ ਜਾਣਿਆ ਵੀ ਪੈਂਦੇ ਖਾਨ ਦਾ ਮਨ ਵਿੱਚ ਸੋਚਦਾ ਕੁਤਬ ਖਾਨ
ਵੀ ਇਹ ਪੈਂਦੇ ਖਾਂ ਜਿਹੋ ਜਿਹੀਆਂ ਗੱਲਾਂ ਕਰਦਾ ਹੈ ਇਉਂ ਲੱਗਦਾ ਵੀ ਇਹਦੇ ਦਿਨ ਮਾੜੇ ਆ ਗਏ ਆ। ਕਿਰਤ ਕਾਨ ਜਾਨ ਵਿਸਾਲ ਤੇ ਕਹਿੰਦੇ ਵੀ ਲਖਿਓ ਕਿਰਤ ਕਾਨ ਜਾਨ ਵਿਸਾਲ, ਵੀ ਕਿਰਤ ਕਾਨ ਜਾਣਿਆ ਵੀ ਇਹਦੇ ਕਿਰਤ ਕਾਨ ਹੈ ਜਿੱਥੋਂ ਖਾਂਦਾ ਰਿਹਾ ਉਹਦੇ ਨਾਲ ਨਿਮਖ ਹਰਾਮੀ ਕਰ ਰਿਹਾ ਏ। ਦੋਹਰਾ ਪੈਦ ਚਜਾ ਕੋ ਸੁਤ ਹੁਤੋ ਪੈਦੇ ਖਾਨ ਦਾ ਜੋ ਚਾਚੇ ਦਾ ਪੁੱਤ ਸੀ ਕੁਤਬ ਖਾਨ ਬੁੱਧਵਾਨ, ਕੁਤਬ ਖਾਨ ਇਹ ਹੈ ਕਹਿੰਦੇ ਬੜਾ ਸਿਆਣਾ ਬੁੱਧੀਵਾਨ ਸੀ। ਤਰਕਤ ਬੋਲਿਓ ਭਰਾ ਸੋ ਭਰਾ ਪੈਦੇ ਖਾਨ ਨੂੰ ਤਰਕਦਿਆਂ ਹੋਇਆ ਇਹਨੇ ਅੱਗੋਂ ਇਹਦੀ ਜਵਾਬ ਗੱਲ ਜਿਹੜੀ ਸੀ ਨਾ ਗੁਰੂ ਸਾਹਿਬ ਦੇ ਨਾਲ ਜੰਗ ਕਰਨ ਵਾਲੀ ਉਹ ਗੱਲ ਨੂੰ ਵਿੱਚੋਂ ਕੱਟਦਿਆਂ ਹੋਇਆ ਕੁਤਬ ਖਾਨ ਪੈਂਦੇ ਖਾਨ ਨੂੰ ਕਹਿਣ ਲੱਗਾ ਵਿਪਰੇ ਜਾਨ ਮਹਾਨ ਇਹ ਬੜੀ ਵਿਪਰੀਤ ਬੜੀ ਉਲਟ ਬੜੀ ਮਾੜੀ ਗੱਲ ਕਰ ਰਿਹਾ ਤੂੰ ਪੈਂਦੇ ਖਾਨ ਇਸ ਤਰ੍ਹਾਂ ਜਾਣ ਕੇ ਕਹਿੰਦਾ ਹੈ ਬਖਸ਼ਿਸ਼ ਕਰੇ। ਕਹਿਣ ਲੱਗੇ ਪੈਂਦੇ ਖਾਨ ਤੂੰ ਕੀ ਗੱਲਾਂ ਕਰਦਾ ਵੇਖ ਜਿਸ ਗੁਰੂ ਹਰਗੋਬਿੰਦ ਸਾਹਿਬ ਨੇ ਤੈਨੂੰ ਕਿੰਨਾ ਕੁਝ ਬਖਸ਼ਿਆ ਹੈ ਪੁਸ਼ਾਕਾਂ ਦਿੱਤੀਆਂ ਨੇ ਤੇ ਗੁਰ ਨਿਜ ਪੁੰਨ ਲੀਨੇ ਤੇ ਤੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਕਿੰਨੀਆਂ ਬਖਸ਼ਾਂ ਲਈਆਂ ਨੇ ਤੇ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਦਿੱਤੀ ਹੋਈ ਬਖਸ਼ਿਸ਼ ਫਿਰ ਵਾਪਸ ਲੈ ਲਈ ਹੈ ਕਿਸੇ ਕਾਰਨ, ਅਸਲ 'ਚ ਮਹਾਰਾਜ ਨੇ ਵਾਪਸ ਤਾਂ ਲਈ ਨਹੀਂ ਸੀ, ਉਹ ਤਾਂ ਇਹ ਝੂਠ ਬੋਲ ਰਿਹਾ ਸੀ ਨਾ ਪੈਂਦੇ ਖਾਂ ਦੇ ਇਹਦਾ ਝੂਠ ਜ਼ਾਹਰ ਕਰਨ ਦੇ ਵਾਸਤੇ ਉਹ ਵਸਤੂਆਂ ਮੰਗਾਈਆਂ ਸਨ, ਉੱਥੋਂ ਹੀ ਗੱਲ ਹੋਰ ਵੱਧ ਗਈ ਫਿਰ ਨਾ ਮੰਨਿਆ ਤੇ ਤਾਂ ਇਹਨੂੰ ਧੱਕੇ ਮਾਰ ਕੇ ਕੱਢਿਆ ਤੇ ਪਰ ਇੱਥੇ ਆ ਕੇ ਇਹਨੇ ਝੂਠ ਕਿਹਾ ਸੂਬੇ ਨੂੰ ਵੀ ਗੁਰੂ ਨੇ ਜੋ ਮੈਨੂੰ ਦਿੱਤਾ ਉਹ ਵਾਪਸ ਲੈ ਲਿਆ ਮੇਰੇ ਕੋਲ ਖੋ ਲਿਆ, ਇਹ ਵੀ ਝੂਠ ਕਿਹਾ ਪਰ ਫਿਰ ਵੀ ਉਹ ਗੱਲ ਸੁਣ ਕੇ ਵੀ ਇਹ ਸੂਬਾ ਕੁਤਬ ਖਾਨ ਕਹਿਣ ਲੱਗਾ ਪੈਂਦੇ ਖਾਂ ਜੇ ਤੈਨੂੰ ਗੁਰੂ ਨੇ ਬਖਸ਼ਿਸ਼ ਦਿੱਤੀ ਸੀ ਜਿਹੜੇ ਗੁਰੂ ਨੇ ਦਿੱਤੀ ਜੇ ਉਹਨੇ ਫਿਰ ਵਾਪਸ ਲੈ ਲਈ ਆਪਣੇ ਕੋਲ ਪੁਰਖਨ ਕੈ ਬਹੁਮਤੇ ਇਸ ਕਰਕੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਜਿਹੜੇ ਵੱਡੇ ਪੁਰਖ ਹੁੰਦੇ ਆ ਸੱਤ ਪੁਰਖ ਉਹਨਾਂ ਦੇ ਕਈ ਤਰ੍ਹਾਂ ਦੇ ਮਤੇ ਵਿਚਾਰ ਹੁੰਦੇ ਆ, ਤੂੰ ਕਾਹਦੇ ਵਾਸਤੇ ਗੁੱਸਾ ਕਰਦਾ ਹੈ ਤੇਰੀ ਕਿਹੜੀ ਕੋਈ ਚੀਜ਼ ਖੋਈ ਉਹਨਾਂ ਤੈਨੂੰ ਦਿੱਤਾ ਸੀ ਤੇ ਜੇ ਵਾਪਸ ਵੀ ਲੈ ਲਿਆ ਉਹ ਵੀ ਉਹਦੇ ਵਿੱਚ ਕੋਈ ਖੁਸ਼ੀ ਹੋਵੇਗੀ ਉਹਨਾਂ ਦੀ, ਤੂੰ ਕੱਲ ਹੀ ਐਵੇਂ ਕ੍ਰੋਧ ਜਿਹਾ ਕਰਕੇ ਖੂਨ ਸਾੜੀ ਜਾਂਦਾ ਹੈ। ਉੱਤਮ ਵਸਤੂ ਤੋਹੇ ਦੇ ਵੇਖ ਆਪ ਹੀ ਤੇ ਤੂੰ ਮੈਨੂੰ ਦੱਸਦਾ ਹੁੰਦਾ ਸੀ ਵੀ ਬੜੀਆਂ ਉੱਤਮ ਉੱਤਮ ਚੰਗੀਆਂ ਚੰਗੀਆਂ ਵਸਤੂਆਂ ਆਉਂਦੀਆਂ ਨੇ ਗੁਰੂ ਕੋਲ ਤੇ ਉਹ ਸਾਰੀਆਂ ਮੈਨੂੰ ਦੇ ਦਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ, ਬਹੁਤ ਪ੍ਰਸੰਨਾ ਅਤੇ ਬੜੇ ਪ੍ਰਸੰਨ ਖੁਸ਼ ਹੁੰਦੇ ਨੇ ਮੇਰੇ ਤੇ। ਇਹ ਕੁਤਬ ਖਾਂ ਕਹਿੰਦਾ ਪੈਂਦੇ ਖਾਂ ਨੂੰ ਤੂੰ ਆਪ ਹੀ ਤੇ ਮੈਨੂੰ ਦੱਸਦਾ ਹੁੰਦਾ ਸੀ ਨਾ ਵੀ ਭਰਾ ਮੇਰੇ ਤੇ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹਨ, ਰਤ ਪਾਰਿਓ ਕਰ ਪ੍ਰੇਮ ਕੋ ਫਿਰ ਵੇਖ ਤੇਰੇ ਨਾਲ ਕਿੰਨਾ ਪ੍ਰੇਮ ਕੀਤਾ ਹੈ, ਤੈਨੂੰ ਬਚਪਨ ਤੋਂ ਪਾਲਿਆ ਹੈ, ਤੈਨੂੰ ਤਾਂ ਮਹਾਰਾਜ ਆਪ ਲੋਰੀਆਂ ਦੇ ਕੇ ਰੋਟੀਆਂ ਦੇ ਕੇ ਤੇਰੀ ਸੇਵਾ ਕਰਦੇ ਰਹੇ ਹੈ, ਸਭ ਦਰਿਦ ਹੰਨਾ ਤੇਰਾ ਵੇਖ ਦਰਿਦਰ ਵੀ ਸਭ ਹੰਨਾ ਨਾਸ਼ ਕੀਤਾ, ਕੀ ਸੀ ਤੇਰੇ ਕੋਲ ਐਵੇਂ ਅਨਾਥ ਹੋਇਆ ਹੀ ਮਾਂ ਬਾਪ ਤੋਂ ਬਿਨਾਂ ਰੁਲਦਾ ਹੀ ਫਿਰਦਾ ਸੀ, ਵੇਖ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਨ ਤੇਰੀ ਪ੍ਰਤਪਾਲਣਾ ਵੀ ਕੀਤੀ, ਤੇਰਾ ਵਿਆਹ ਵੀ ਕੀਤਾ, ਤੇਰੇ ਘਰ ਦੀ ਗਰੀਬੀ ਵੀ ਸਾਰੀ ਦੂਰ ਕਰ ਦਿੱਤੀ ਆਪਣੇ ਲਈ ਤੇ ਜੇ ਉਹਨਾਂ ਨੇ ਕੋਈ ਆਪਣੀ ਦਿੱਤੀ ਹੋਈ ਵਸਤੂ ਵਾਪਸ ਲੈ ਲਈ ਕੋਈ ਇੱਕ ਦੀਸਧਾਰੀ ਤੇ ਤੈਂ ਕਿਉਂ ਰਿਸਧਾਰੀ ਤੂੰ ਕਾਹਦੇ ਵਾਸਤੇ ਐਵੇਂ ਔਖਾ ਜਿਹਾ ਹੋ ਕੇ ਗੁੱਸਾ ਕਰਦਾ ਹੈ ਤੇ ਕਹਿਣ ਲੱਗੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਲੜਨ ਹੇਤ ਕਹੋ ਕੌਣ ਹੈ, ਇਹਨਾਂ ਗੱਲਾਂ ਵਿੱਚ ਲੜਨ ਦਾ ਹਿੱਤ ਕਿਹੜਾ ਹੈ, ਕਿਹੜੀ ਲੜਾਈ ਵਾਲੀ ਗੱਲ ਹੈ,
ਵੀ ਗੁਰੂ ਸਾਹਿਬ ਨੇ ਜੇ ਦਿੱਤੀ ਵਸਤੂ ਤੇਰੇ ਕੋਲ ਲੈ ਵੀ ਲਈ ਆ, ਕੁਤਬ ਖਾਂ ਕਹਿੰਦਾ ਇਹ ਪੈਂਦੇ ਖਾਨ ਇਹ ਕਿਹੜੀ ਮਹਾਰਾਜ ਨਾਲ ਜੰਗ ਕਰਨ ਵਾਲੀ ਕੋਈ ਵੱਡੀ ਗੱਲ ਹੈ, ਜਿਸ ਤੇ ਦੁੱਖ ਭਾਰੇ, ਜਿਹਦੇ ਕਰਕੇ ਤੂੰ ਇੰਨਾ ਭਾਰੀ ਦੁੱਖ ਪਾਇਆ ਹੈ, ਜਿਹਨੂੰ ਹੱਥ ਤੇ ਤਲਬ ਦਿਓ, ਜਿਹਨਾਂ ਦੇ ਹੱਥਾਂ ਵਿੱਚ ਤੂੰ ਜੰਮਿਆ ਪਲਿਆ ਏ, ਜਿਹਨਾਂ ਦੇ ਹੱਥਾਂ 'ਚ ਤੇਰਾ ਸਰੀਰ ਏਡਾ ਵੱਡਾ ਹੋਇਆ ਏ, ਸੁਖ ਲਹਿ ਕਨੇਰੇ, ਤੇ ਜਿਹਨਾਂ ਦੀ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਤੂੰ ਬਹੁਤਾ ਹੀ ਸੁੱਖ ਮਾਣੇ ਏ, ਕੋਈ ਤੈਨੂੰ ਦੁੱਖ ਨਹੀਂ ਆਇਆ, ਆਇਓ ਪੁਕਾਰੋ ਤੈਨੂੰ ਪਰ, ਉਹਨਾਂ ਦੇ ਤੂੰ ਪੁਕਾਰ ਕਰਨੀ ਚਾਹੁੰਦਾ ਹੈ, ਸ਼ਾਹਜਹਾਨ ਕੋ ਜਾ ਕਰਕੇ ਉਹਨਾਂ ਦੇ ਸ਼ਿਕਾਇਤਾਂ ਕਰਨੀਆਂ ਚਾਹੁੰਦਾ ਹੈ, ਕਾਰਨ ਵਡੇਰੇ, ਕਹਿਣ ਲੱਗਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਜਿਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਦੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜਿਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੱਥੋਂ ਤੂੰ ਵਧਿਆ ਫੁਲਿਆ ਹੈ, ਉਹਨਾਂ ਦੇ ਤੂੰ ਪੁਕਾਰ ਕਰਦਾ ਹੈ, ਕਰ ਨਿੰਦ ਵਡੇਰੇ, ਤੇ ਨਿੰਦਾ ਵੀ ਕਰੀ ਜਾ ਰਿਹਾ ਹੈ, ਮਹਾਰਾਜ ਸਾਹਿਬ ਦੀ ਬਦਨਾਮੀ ਕਰਦਾ ਏ, ਕਹਿੰਦਾ ਜਿਹਦੇ ਕੋਲ ਰਹੀਏ ਜੇ ਕੋਈ ਉਹਦੀ ਨਿੰਦਾ ਕਰੇ ਤਾਂ ਸਿਆਣੇ ਲੋਕ ਸਭਾ ਵਿੱਚ ਉਹਨੂੰ ਨਿਮਖ ਹਰਾਮੀ ਐਲਾਨ ਦਿੰਦੇ ਨੇ ਵੀ ਆਹ ਬੰਦਾ ਨਿਮਖ ਹਰਾਮੀ ਜੇ, ਮਾਰ ਦੋ ਜੁਗ ਜਾਵੇ, ਤੇ ਨਾਲ ਹੀ ਦੱਸਦੇ ਨੇ ਵੀ ਜਿਹੜਾ ਏਦਾਂ ਜਿਹਦੇ ਕੋਲ ਖਾਧਾ ਹੋਵੇ, ਜਿਹਨੇ ਪਾਲਿਆ ਪੋਸਿਆ ਹੋਵੇ, ਉਹਦੇ ਨਾਲ ਨਿਮਖ ਹਰਾਮੀ ਕਰੇ, ਉਹ ਦੋਜਕਾਂ ਦੀ ਅੱਗ ਵਿੱਚ ਸੜਦਾ ਹੈ, ਤੇ ਜਿਹੜੇ ਉਮਰਾਵਨ ਚੰਗੇ ਚੰਗੇ ਅਹੁਦੇਦਾਰ ਚੰਗੇ ਚੰਗੇ ਜਿੱਥੇ ਸਿਆਣੇ ਲੋਕ ਬੈਠਦੇ ਨੇ ਨਾ ਅਫਸਰ ਲੋਕ, ਉੱਥੇ ਵੀ ਅਪਜਸ ਹੁੰਦਾ, ਬਦਨਾਮੀ ਹੁੰਦੀ, ਉਹ ਮਿਲ ਕੇ ਫਿਰ ਕਹਿੰਦੇ ਲੈ ਜੀ ਫਲਾਨਾ ਇਹਦਾ ਨਿਮਕ ਹਰਾਮੀ ਨਿਕਲਿਆ, ਇੱਦਾਂ ਤੇਰੀਆਂ ਗੱਲਾਂ ਹੋਇਆ ਕਰਨਗੀਆਂ, ਪੈਂਦੇ ਖਾਂ ਜਿਹੋ ਜਿਹਾ ਤੂੰ ਕਰਨਾ ਚਾਹੁੰਦਾ ਹੈ ਨਾ, ਤਾਂ ਫਿਰ ਸਭਾ ਵਿੱਚ ਕਿਤੇ ਕੋਈ ਚੰਗੇ ਬੰਦੇ ਅਫਸਰ ਬੈਠਿਆ ਕਰਨਗੇ, ਉਹ ਕਹਿ ਕਰਨਗੇ ਵੀ ਪੈਂਦੇ ਖਾਂ ਤਾਂ ਨਿਮਕ ਹਰਾਮੀ ਨਿਕਲਿਆ, ਜਿੰਨੇ ਪਾਲਿਆ ਸੀ ਉਹਦੀਆਂ ਸ਼ਿਕਾਇਤਾਂ ਕਰਦਾ ਫਿਰਦਾ ਹੈ, ਕਿਰਤ ਕਨੇ ਲਵਨਿਆ ਚ, ਇਸ ਪ੍ਰਕਾਰ ਦੇ ਨਾਲ ਕਹਿਣ ਲੱਗੇ ਵੀ ਤੇਰਾ ਕਿਤੇ ਵੀ ਕੋਈ ਫਾਇਦਾ ਨਹੀਂ ਹੋਵੇਗਾ, ਬਨਹਿ ਕਿਰਤ ਕਨੀ ਲਵਨ, ਕਹਿੰਦੇ ਵੀ ਜਿੱਥੋਂ ਕੋਈ ਕਿਰਤ ਕਰਦਾ ਰਿਹਾ ਹੋਵੇ, ਉਹਨਾਂ ਦਾ ਜਿੱਥੇ ਲੂਣ ਖਾਧਾ ਹੋਵੇ, ਉਚਿਤ ਨਹੀਂ ਤੇਰੇ, ਇਹ ਤੇਰੇ ਲਈ ਉਚਿਤ ਨਹੀਂ ਆ ਵੀ ਤੇਰੀ ਕਿਰਤ ਵੀ ਉਹ ਗੁਰੂ ਘਰ ਵਿੱਚ ਹੀ ਬਣੀ ਸੀ, ਲੂਣ ਵੀ ਤੂੰ ਗੁਰੂ ਘਰ ਦਾ ਖਾਧਾ ਏ, ਹੁਣ ਗੁਰੂ ਘਰ ਦੇ ਉੱਪਰ ਚੜ੍ਹਾਈ ਕਰਕੇ ਤੂੰ ਲਾਹੌਰ ਦਿੱਲੀ ਦਰਬਾਰ 'ਚ ਸ਼ਿਕਾਇਤ ਕਰਨਾ ਚਾਹੁੰਦਾ ਹੈ, ਟਾਊਟ ਬਣਨਾ ਚਾਹੁੰਦਾ ਸਰਕਾਰ ਦਾ, ਇਹ ਗੱਲ ਚੰਗੀ ਨਹੀਂ ਤੇਰੇ ਵਾਸਤੇ, ਕਿਦੋਂ ਦਿਵਸ ਪਹੁੰਚੇ ਤੁਰੇ, ਤੇ ਜਾਂ ਫਿਰ ਪੈਂਦੇ ਖਾਨ ਨੂੰ ਕੁਤਬ ਖਾਨ ਕਹਿੰਦਾ ਵੀ ਮੈਨੂੰ ਇਉਂ ਲੱਗਦਾ ਵੀ ਤੇਰੇ ਦਿਨ ਮਾੜੇ ਆ ਗਏ ਆ, ਜਿਹੜਾ ਏਦਾਂ ਕਰ ਰਿਹਾ ਏ, ਜਮ ਕੋ ਕਰ ਹੀਰੇ, ਤੇ ਜਮਾਂ ਦਾ ਘਰ ਮੌਤ ਤੂੰ ਲੱਭਦਾ ਫਿਰਦਾ, ਭਾਵ ਕੇ ਐਵੇਂ ਆਣੇ ਆਈ ਮੌਤੇ ਮਰਨ ਦੀਆਂ ਗੱਲਾਂ ਕਰਦਾ, ਮੈਨੂੰ ਤਾਂ ਇਉਂ ਲੱਗਦਾ ਏ, ਗੁਰ ਐਸੋ ਘੱਟ ਕਿਆ ਲਿਖਿਓ, ਤੇ ਨਾਲ ਹੀ ਕੁਤਬ ਖਾਂ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਏਡਾ ਕੀ ਘੱਟ ਜਾਣ ਲਿਆ ਆਪਣੇ ਨਾਲੋਂ, ਏਡਾ ਕੀ ਮਹਾਰਾਜ ਸਾਹਿਬ ਨੂੰ ਛੋਟਾ ਸਮਝ ਲਿਆ, ਜੋ ਰਨ ਤੇ ਹਾਰੇ, ਜਿਹੜੇ ਜੰਗ ਵਿੱਚ ਤੇਰੇ ਕੋਲ ਹਾਰ ਹੀ ਜਾਣਗੇ ਵੀ ਕਹਿੰਦਾ ਮੈਂ ਮਾਰ ਦੂੰਗਾ ਜਾਂ ਫੜ ਕੇ ਲੈ ਦੂੰਗਾ, ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਸਮਝੀ ਬੈਠਾ ਏ, ਪੈਂਦੇ ਖਾਨਾ ਬੜੋ ਬਹਾਦਰ ਜੰਗ ਮੈਂ, ਕਹਿੰਦੇ ਵੀ ਜਦੋਂ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਆਉਣਗੇ, ਜਦੋਂ ਜੰਗ ਦੇ ਮੈਦਾਨ ਦੇ ਵਿੱਚ ਤੂੰ ਆਵੇਂਗਾ, ਬ੍ਰਿੰਦਨ ਮਾਰੇ, ਤੇ ਕਹਿੰਦੇ ਵੀ ਬੜੋ ਬਹਾਦਰ ਜੰਗ ਮੈਂ, ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਜੰਗ ਕਰਨ ਵਿੱਚ ਬੜੇ ਬਹਾਦਰ ਨੇ,
ਹਰ ਬ੍ਰਿੰਦਨ ਮਾਰੇ। ਜਿਹੜਾ ਵੀ ਵੈਰੀ ਉਹਨਾਂ ਦੇ ਚੜ੍ਹ ਕੇ ਆਉਂਦਾ, ਬਹੁਤੇ ਉਹਨਾਂ ਨੇ ਮਾਰੇ ਹਨ ਪਹਿਲਾਂ ਹੀ। ਕਹਿੰਦੇ ਤੈਨੂੰ ਦੱਸਣ ਦੀ ਕੋਈ ਲੋੜ ਹੈ? ਸਾਰਾ ਕੁਝ ਜਾਣਦਾ ਤਾਂ ਹੈ ਤੂੰ ਪੈਂਦੇ ਖਾਨਾ। ਕੁਤਬ ਖਾਂ ਪੈਂਦੇ ਖਾਂ ਨੂੰ ਸਮਝਾ ਰਿਹਾ, ਇਹਦੇ ਚਾਚੇ ਦਾ ਪੁੱਤ ਜਲੰਧਰ ਦਾ ਸੂਬਾ। ਕਹਿੰਦਾ ਗੁਰੂ ਨੇ ਕਿੰਨੇ ਵੇਖ ਮੈਦਾਨ ਦੇ ਵਿੱਚ ਵੈਰੀ ਮਾਰੇ ਨੇ ਸੂਰਮੇ ਵੱਡੇ ਵੱਡੇ। ਕਿਮ ਜਾਣ ਤਨ ਜਾਣ ਪਾ, ਜਾਣਦਿਆਂ ਹੋਇਆ ਵੀ ਕਾਹਦੇ ਲਈ ਤੂੰ ਅਣਜਾਣ ਹੋ ਗਿਆ? ਜਿਹੜਾ ਕਹਿੰਦਾ ਵੀ ਗੁਰੂ ਨੂੰ ਫੜ ਲਾਂਗਾ, ਭਾਵੇਂ ਮਨ ਪ੍ਰੇਰਾ, ਮੈਨੂੰ ਤੇ ਇਉਂ ਲੱਗਦਾ ਵੀ ਹੋਣੀ ਨਹੀਂ, ਤੇਰਾ ਮਨ ਏਦਾਂ ਪ੍ਰੇਰ ਦਿੱਤਾ ਹੈ। ਜੇ ਤੂੰ ਜਿਉਣਾ ਚਾਹੁੰਦਾ ਹੈ ਤਾਂ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜਦਾ ਜਾ ਕੇ, ਹਾਲਾਂ ਵੀ ਸਮਾਂ ਹੈਗਾ ਹੀ ਓ। ਮਨ ਹੋਇਤ ਤੇਰਾ, ਇਹਦੇ ਇਹ ਮੇਰੀ ਗੱਲ ਮੰਨ ਲਾ। ਕੁਤਬ ਖਾਂ ਕਹਿੰਦਾ ਪੈਂਦੇ ਖਾਂ ਇਹਦੇ ਚ ਤੇਰਾ ਭਲਾ ਹੀ ਹੋਵੇਗਾ। ਆਪਣੇ ਭਰਾ ਕੁਤਬ ਖਾਂ ਦੀ ਗੱਲ ਸੁਣ ਕੇ ਦੁੱਖ ਪਾਵਾ, ਪੈਂਦੇ ਖਾਂ ਨੇ ਬੜਾ ਦੁੱਖ ਪਾਇਆ, ਬੜਾ ਦੁਖੀ ਹੋਇਆ ਵੀ ਮੈਂ ਤਾਂ ਕੁਝ ਹੋਰ ਚਾਹੁੰਦਾ ਸੀ ਤੇ ਇਹ ਗਾੜੀਆਂ ਮੈਨੂੰ ਹੋਰ ਹੀ ਸਮਝਾਉਂਦਾ ਹੈ। ਕਰਿਓ ਭਲਾ ਮਾਨਿਓ ਗੁਰੂ, ਕੁਤਬ ਖਾਂ ਨੇ ਤਾਂ ਭਲਾ ਕੀਤਾ ਵੀ ਕਾਹਦੇ ਲਈ ਐਵੇਂ ਕਲੇ ਚ ਪੈਣਾ, ਨਾਲੇ ਗੁਰੂ ਦਾ ਨਿਮਖ ਹਰਾਮੀ ਕਹਾਵੇਂਗਾ, ਪਰ ਇਹਨੇ ਇਸ ਗੱਲ ਨੂੰ ਬੁਰੀ ਕਰਕੇ ਜਾਣਿਆ। ਭਾਵੀ ਵਿਚਲਾਵਾ, ਬਸ ਗੱਲ ਕੀ ਸੀ ਵੀ ਭਾਵੀ ਨੇ ਇਹਨੂੰ ਵਿਚਲਿਤ ਕਰ ਦਿੱਤਾ, ਕਾਲਾ ਪੈ ਰਿਹਾ ਹੈ, ਮੌਤ ਹੀ ਨੇੜੇ ਆਈ ਹੈ। ਕਹਿਓ ਕਾ ਤੇਰੇ ਉਧਰ ਮੈਂ ਹੈ, ਪੈਂਦੇ ਖਾਨ ਕਹਿਣ ਲੱਗਾ ਉਹ ਭਰਾਤਾ ਕੁਤਬ ਖਾਂ ਇਉਂ ਲੱਗਦਾ ਵੀ ਤੇਰੇ ਢਿੱਡ ਦੇ ਵਿੱਚ ਗੁਰ ਕੀਰ ਕਰਾ ਦੂ। ਕਹਿੰਦਾ ਗੁਰੂ ਦਾ ਕੜਾ ਤੇਰੇ ਢਿੱਡ ਵਿੱਚ ਕਹਿੰਦਾ ਵੜ ਗਿਆ, ਲੱਗਦਾ ਤੂੰ ਗੁਰੂ ਦਾ ਕੜਾ ਪ੍ਰਸ਼ਾਦ ਖਾ ਲਿਆ ਜਿਹੜਾ ਉਹਦੀਆਂ ਗੱਲਾਂ ਕਰਦਾ ਏ। ਸੋ ਬੋਲਤ ਮਿਟ ਦੀਨ ਤੇ, ਸੋ ਬੋਲਤ ਉਹ ਗੱਲਾਂ ਤੂੰ ਕਰਦਾ ਏ ਮਿਟ ਦੀਨ ਤੇ, ਜਿਸ ਕਰਕੇ ਮੈਂ ਆਪਣੇ ਧਰਮ ਵੱਲੋਂ ਹਾਰ ਜਾਵਾਂ, ਮੈਂ ਪਠਾਨਾਂ ਦਾ ਪੋਤਾ। ਕਹਿੰਦਾ ਵੀ ਮੈਂ ਆਪਣੇ ਮਨ ਦੇ ਵਿੱਚ ਉਹ ਕੜਾਹ ਵਾਲੀ ਜਿਹੜੀ ਗੱਲ ਹੈ ਨਾ ਉਹ ਜਾਣ ਲਈ ਪੈਂਦੇ ਖਾਂ ਕਹਿੰਦਾ ਕਹਿੰਦਾ ਵੀ ਮੈਨੂੰ ਇਉਂ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿ ਜਿਵੇਂ ਕਿਤੇ ਤੂੰ ਕੜਾਹ ਖਾ ਲਿਆ ਹੁੰਦਾ, ਤੇਰੇ ਪੇਟ ਦੇ ਵਿੱਚ ਉਹ ਬੋਲਦਾ ਏ ਜਿਹੜਾ ਮੈਨੂੰ ਕਹਿੰਦਾ ਵੀ ਦੀਨ ਤੋਂ ਹਟ ਜਾ। ਇਹ ਮੈਨੂੰ ਗੱਲ ਸਮਝ ਪੈ ਗਈ ਹੈ, ਮੈਨੂੰ ਦੀਨ ਤੋਂ ਹਟਾਉਣਾ ਚਾਹੁੰਦਾ ਹੈ ਤੂੰ। ਜਿਸ ਗੁਰੂ ਨੂੰ ਮੈਂ ਮਾਰਨਾ ਜਾਂ ਬੰਨਣਾ ਚਾਹੁੰਦਾ ਹੈ ਵੀ ਬੰਨ ਕੇ ਲਿਆਉਣਾ ਜਾਂ ਜੰਗ ਵਿੱਚ ਮਾਰ ਦੇਣਾ ਹੈ, ਜਿਸ ਕੋ ਕਰ ਦਾਵਾ, ਜਿਸ ਦੇ ਉੱਤੇ ਮੈਂ ਕਹਿੰਦੇ ਵੀ ਦਾ ਘਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨਾ ਜਾਂ ਮਾਰਨਾ ਚਾਹੁੰਦਾ ਹਾਂ। ਨਿਮਰ ਬਨੋ ਆਪ ਅਗਰ ਤੇ, ਤੂੰ ਕਹਿੰਦਾ ਵੀ ਮੈਂ ਉਸ ਗੁਰੂ ਦੇ ਜਾ ਕੇ ਚਰਨ ਫੜ ਲਾਂ ਤੇ ਉਹਨਾਂ ਅੱਗੇ ਜਾ ਕੇ ਮਾਫੀਆਂ ਮੰਗਾਂ। ਇਹੋ ਸਿੱਖ ਸਿਖਾ, ਚੰਗੀ ਭਰਾਵਾ ਤੇਰੇ ਕੋਲ ਮਦਦ ਲੈਣ ਆਏ ਆ ਪੈਂਦੇ ਖਾਂ। ਕੁਤਬ ਖਾਂ ਨੂੰ ਕਹਿੰਦਾ ਚੰਗੀ ਸਿੱਖਿਆ ਤੂੰ ਮੈਨੂੰ ਦਿੰਦਾ ਹੈ, ਮਹਿਮਾ ਵਰਣਨ ਕਰਤ ਹੈ। ਕਹਿਣ ਲੱਗਾ ਤੂੰ ਮੇਰੇ ਦੁਸ਼ਮਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਵਰਣਨ ਕਰਕੇ ਗੁਰੂ ਦੇ ਗੁਣ ਗਾ ਕੇ ਮੈਨੂੰ ਦੱਸਦਾ ਹੈ। ਗੁਰ ਕੀ ਬਹੁਬਾਰੀ, ਵਾਰ ਵਾਰ ਬਸ ਇਹੀ ਕਹਿ ਰਹੇ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਬਲੀ ਨੇ, ਤੂੰ ਉਹਨਾਂ ਤੋਂ ਲੈ ਕੇ ਖਾਧਾ ਏ, ਤੈਨੂੰ ਉਹਨਾਂ ਨੇ ਪਾਲਿਆ। ਪੈਂਦੇ ਖਾਂ ਔਖਾ ਹੋ ਗਿਆ ਨਿਮਖ ਹਰਾਮੀ, ਕਹਿੰਦਾ ਵੀ ਤੂੰ ਮੈਨੂੰ ਗੁਰੂ ਦੇ ਗੁਣ ਗਾ ਗਾ ਕੇ ਦੱਸ ਰਿਹਾ, ਮੈਂ ਗੁਣ ਸੁਣ ਥੋੜ੍ਹਾ ਆ ਗੁਰੂ ਦੇ ਤੇਰੇ ਕੋਲ। ਮੈਂ ਮਿਲੂ ਮੈਂ, ਆਹ ਤੇਰੀ ਗੱਲ ਨਹੀਂ ਮੈਂ ਮੰਨਣੀ ਭਰਾਵਾ, ਦੇ ਨਾ ਹੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਮਿਲਣਾ ਹੈ। ਕੁਲ ਕਾਨ ਹਮਾਰੀ, ਮੇਰੀ ਤਾਂ ਹੁਣ ਕੁੱਲ ਖਾਨਦਾਨ ਦੀ ਕਾਨ ਕਨੋੜ ਇੱਜ਼ਤ ਦੀ ਗੱਲ ਹੈ, ਇੱਜ਼ਤ ਦਾ ਸਵਾਲ ਹੈ ਮੇਰਾ। ਮੁਸਕਾਨੇ ਸੁਣੋ ਕੁਤਬ ਖਾਨ, ਜਦੋਂ ਪੈਦੇ ਖਾਂ ਇੱਦਾਂ ਔਖਾ ਜਿਹਾ ਹੋਇਆ ਵੀ ਤੇਰੇ ਢਿੱਡ 'ਚ ਕਹਿੰਦਾ ਵੀ ਗੁਰੂ ਦਾ ਇਉਂ ਲੱਗਦਾ ਵੀ ਕੜਾਹ ਬੋਲਦਾ ਹੈ,
ਤੇ ਉਸ ਵੇਲੇ ਹੱਸਦਿਆਂ ਹੋਇਆਂ ਕੁੱਤਬਖਾ ਕਹਿਣ ਲੱਗਾ, ਇਹ ਠੀਕ ਬਖਾਨੇ, ਕਹਿਣ ਲੱਗਾ ਵੀ ਆਹ ਗੱਲ ਤੂੰ ਠੀਕ ਕਹੀ ਹੈ ਪੈਂਦੇ ਖਾਨ, ਪਾਰੂ ਦੇ ਦੇ ਗ੍ਰਾਸ ਗ੍ਰਾਸ ਮੁਖ ਤੇ ਮੁਰਕੀਆਂ ਦੇ ਦੇ ਤੇਰੇ ਮੂੰਹ ਦੇ ਵਿੱਚ ਤੇ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ, ਜਗ ਬਿਤਤ ਸੋ ਜਾਣੇ। ਨਾਲੇ ਮੈਂ ਕੱਲਾ ਥੋੜਾ ਕਹਿ ਰਿਹਾ, ਸਾਰੇ ਪਠਾਨਾ ਖਾਨਾ ਚ ਸਾਰੇ ਜਗਤ ਵਿੱਚ ਗੱਲ ਪ੍ਰਸਿੱਧ ਹੈ, ਹਰ ਕੋਈ ਜਾਣਦਾ ਵੀ ਪੈਂਦੇ ਖਾਨ ਨੂੰ ਕੌਣ ਪੁੱਛਦਾ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਹੈ, ਲਾਖਿਓ ਧਨ ਕੋ ਪਾਏ ਕਰ, ਲੱਖਾਂ ਦੀ ਗਿਣਤੀ ਚ ਗੁਰੂ ਹਰਗੋਬਿੰਦ ਸਾਹਿਬ ਕੋ ਤੂੰ ਧਨ ਦੌਲਤ ਪਾ ਕੇ ਲਾਇਕ ਕੋ ਹੋਵਾ, ਆ ਹੁਣ ਤੂੰ ਲਾਇਕ ਜਿਹਾ ਹੋ ਗਿਆ, ਚਾਰ ਪੈਸੇ ਤੇਰੇ ਹੱਥ ਲੱਗ ਗਏ ਹਨ, ਆਪ ਤਨ ਕੀ ਮਹਿਮਾ ਸੁਣੈ, ਕਹਿੰਦੇ ਵੀ ਹੁਣ ਉਹਨਾਂ ਦੀ ਮਹਿਮਾ ਸੁਣ ਕੇ ਜਿਹਨੇ ਤੈਨੂੰ ਪਾਲਿਆ, ਜਿਹਨੇ ਲੱਖਾਂ ਰੁਪਈਆ ਤੈਨੂੰ ਦਿੱਤਾ, ਉਸ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਸੁਣ ਕੇ ਜਲ ਸੂਲ ਪਰੋਵਾ, ਏਦਾਂ ਔਖਾ ਹੋਣਾ ਹੈ ਵੀ ਜਿਵੇਂ ਮੈਂ ਤੈਨੂੰ ਸੂਲੀ ਤੇ ਚਾੜ ਦਿੱਤਾ ਹੋਵੇ, ਜਿਵੇਂ ਸੂਲੀ 'ਚ ਨਹੀਂ ਪਰੋ ਦਈਦਾ। ਕੁਤਬ ਖਾਂ ਹੱਸ ਕੇ ਕਹਿਣ ਲੱਗਾ, ਪੈਂਦੇ ਖਾਂ ਤੂੰ ਤੇ ਏਦਾਂ ਦੁਖੀ ਹੋਇਆ ਏ, ਜਿਵੇਂ ਤੈਨੂੰ ਮੈਂ ਸੂਲ ਚੁਭੋਇਆ ਹੋਵੇ, ਵੀ ਜਿਨ੍ਹਾਂ ਨੇ ਤੈਨੂੰ ਪਾ ਲਿਆ ਹੁਣ ਉਹਨਾਂ ਦੀ ਵਡਿਆਈ ਵੀ ਤੇਰੇ ਕੋ ਨਹੀਂ ਜਰੀ ਜਾਂਦੀ, ਮੇਰੇ ਉਧਰ ਕਰਾਓ ਹੈ। ਤੇ ਨਾਲੇ ਆ ਜਿਹੜਾ ਤੂੰ ਕਹਿੰਦਾ ਨਾ ਵੀ ਮੇਰੇ ਉਧਰ ਕਰਾਓ ਹੈ, ਵੀ ਮੇਰੇ ਢਿੱਡ 'ਚ ਗੁਰੂ ਘਰ ਦਾ ਕੜਾ ਹੋਣਾ ਹੈ, ਕੜਾ ਪ੍ਰਸ਼ਾਦ ਕਹਿ ਅੰਤਰ ਤੇਰੇ, ਤੇ ਕਹਿੰਦੇ ਵੀ ਮੇਰੇ ਢਿੱਡ 'ਚ ਹੈ ਸਾਰੇ ਹੀ ਜਾਣਦੇ ਆ, ਜਾਂ ਤੇਰੇ ਢਿੱਡ 'ਚ ਹੈ ਖਾਂਦਾ, ਤੇ ਤੂੰ ਗੁਰੂ ਘਰ ਦੇ ਵਿੱਚੋਂ ਰਿਹਾ ਉੱਥੋਂ ਮੁੱਕ ਭਰ ਭਰ ਕੇ ਨਿਤ ਗੁਰੂ ਘਰੋਂ ਕੜਾ ਪ੍ਰਸ਼ਾਦ ਖਾਂਦਾ, ਨਿਹਾਰੀਆਂ ਖਾਂਦਾ ਰਿਹਾ, ਮੇਰੇ ਢਿੱਡ ਵਿੱਚ ਦੱਸਦਾ ਵੀ ਗੁਰੂ ਘਰ ਦਾ, ਗੁਰੂ ਹਰਗੋਬਿੰਦ ਸਾਹਿਬ ਦਾ ਕੜਾ ਬੋਲਦਾ ਹੈ, ਜਾਂ ਤੇਰੇ ਢਿੱਡ ਵਿੱਚ ਹਿੰਦੂ ਤੁਰਕ ਸਭ ਲਖੈ, ਕਹਿੰਦਾ ਹਿੰਦੂ ਵੀ ਤੁਰਕ ਵੀ ਸਾਰੇ ਹੀ ਜਾਣਦੇ ਹਨ ਇਸ ਗੱਲ ਨੂੰ, ਕਈ ਸਾਲਾਂ ਤੋਂ ਪੈਂਦੇ ਖਾਂ ਨੂੰ ਕੁਤਬ ਖਾਂ ਕਹਿੰਦਾ ਵੇਖਦੇ ਵੀ ਹੈ, ਜਾਣਦੇ ਵੀ ਹੈ, ਸਾਰਿਆਂ ਨੂੰ ਪਤਾ ਹੈ ਵੀ ਤੂੰ ਗੁਰੂ ਘਰ ਦਾ ਖਾਧਾ ਹੀ ਹੈ, ਹਿੱਤ ਕੋ ਬਾਕ ਨਾ ਮਾਨ ਤੋ, ਤੇਰੇ ਹਿੱਤ ਦੀ ਤੇਰੇ ਭਲੇ ਦੀ ਭਰਾਵਾ ਮੈਂ ਤਾਂ ਗੱਲ ਕਹੀ ਸੀ, ਪਰ ਤੂੰ ਉਲਟਾ ਹੀ ਪੈ ਗਿਆ ਮੈਨੂੰ ਵੀ ਗੁਰੂ ਦਾ ਕੜਾ ਤੇਰੇ ਢਿੱਡ 'ਚ ਜਿਵੇਂ ਬੋਲਦਾ ਹੈ, ਤਰਕ ਸੁਣਾਵੇ ਤੇ ਮੈਨੂੰ ਕਹਿ ਕੇ ਤਰਕ ਕਰ ਕਰਕੇ ਸੁਣਾਉਣਾ ਹੈ ਉਲਟੀਆਂ ਹੀ, ਗਾਰਿਓ ਲਸ਼ਕਰ ਸ਼ਾਹੋ ਕੋ। ਕੁਤਬ ਖਾਂ ਕਹਿੰਦਾ ਵੀ ਸ਼ਾਹਜਹਾਨ ਦੀ ਫੌਜ ਜਨੀਰਾਂ ਚੜ੍ਹ ਕੇ ਆਈ ਹੈ, ਉਹ ਜਨੀਰ ਆਈ ਹੈ ਸਾਰੀ ਖਤਮ ਹੀ ਹੋ ਕੇ ਗਈ ਹੈ, ਤੇ ਜਿਸ ਨੇ ਸ਼ਾਹਜਹਾਨ ਦੀ ਫੌਜ ਤਿੰਨ ਵਾਰਾਂ ਮਾਰ ਦਿੱਤੀ ਹੈ ਉਹਨੂੰ ਮਾਰਨ ਦੀਆਂ ਤੂੰ ਇੱਥੇ ਸ਼ੇਖੀਆਂ ਮਾਰਦਾ ਗੱਲਾਂ ਕਰਦਾ ਪਿਆ ਏ, ਐਸੀ ਬੁੱਧ ਠਾਣ ਕੇ, ਇਹੋ ਜਿਹੀ ਕਹਿੰਦਾ ਅਕਲ ਤੂੰ ਠਾਣ ਕੇ, ਆਪਣਾ ਕੰਮ ਤੂੰ ਆਪ ਹੀ ਵਿਗਾੜਿਆ, ਜਿੱਦਾਂ ਤੂੰ ਮੈਨੂੰ ਕਹਿੰਦਾ ਏਦਾਂ ਦਾ ਹੀ ਤੂੰ ਗੁਰੂ ਅੱਗੇ ਬੋਲਦਾ ਹੋਵੇਂਗਾ, ਤੈਨੂੰ ਵੱਡੇ ਛੋਟੇ ਦਾ ਲਿਹਾਜ਼ ਕਿਵੇਂ ਕਰੀਦਾ, ਵੀ ਛੋਟਿਆਂ ਨਾਲ ਵੱਡਿਆਂ ਨਾਲ ਕਿਵੇਂ ਸਤਿਕਾਰ ਨਾਲ ਬੋਲਣਾ ਹੈ। ਪੈਂਦੇ ਖਾਂ ਨੂੰ ਇਹਦਾ ਭਰਾ ਜਲੰਧਰ ਦਾ ਸੂਬਾ ਕੁਤਬ ਖਾਂ ਕਹਿੰਦਾ ਉਹ ਨੀ ਤੈਨੂੰ ਪਤਾ, ਮੈਂ ਲਖੇ ਔਰ ਵਧੇ ਹੰਕਾਰਾ, ਮੈਂ ਹਿਰਦੇ ਦੇ ਵਿੱਚ ਹੰਕਾਰ ਹੀ ਵਧਾਈ ਫਿਰਦਾ, ਮੈਂ ਫੁੱਲਿਆ ਹੈ ਦੀਨ ਬਨਤ ਆਗੇ ਸਭਨ, ਦੀਨ ਬਨਤ ਆਗੇ ਸਭਨ, ਕਹਿੰਦਾ ਵੀ ਵੇਖ ਤੂੰ ਗੁਰੂ ਮਹਾਰਾਜ ਨਾਲ ਜੰਗ ਕਰਨ ਵਾਸਤੇ ਸਾਰਿਆਂ ਦੇ ਅੱਗੇ ਹੁਣ ਦੀਨ ਬਣਿਆ ਲੇਲੜੀਆਂ ਕੱਢਦਾ ਫਿਰਦਾ ਹੈ, ਜਾਏ ਪੁਕਾਰੋ, ਤੇ ਫਿਰ ਕਹਿੰਦਾ ਵੀ ਜਾ ਕੇ ਸ਼ਾਹਜਹਾਨ ਦੇ ਕੋਲ ਫਰਿਆਦ ਕਰਨੀ ਹੈ, ਬਸ ਇਹੋ ਹੀ ਗੱਲ ਤੈਨੂੰ ਚੰਗੀ ਲੱਗੀ ਹੈ ਵੀ ਆਪਣੇ ਗੁਰੂ ਦੇ ਤੂੰ ਉੱਤੇ ਚੜ੍ਹਾਈ ਕਰਨੀ ਹੈ,
ਖਾਵੰਦ ਕੋ ਮਾਰੂ। ਇਹ ਚੰਗੀ ਗੱਲ ਹੈ ਵੀ ਤੇਰੀ ਖਾਵੰਦ ਕੋ ਮਾਰੂ, ਆਪਣੇ ਸਵਾਮੀ ਦਾ ਤੂੰ ਘਾਤਕ ਹੋ ਰਿਹਾ, ਆਪਣੇ ਮਾਲਕ ਨੂੰ ਮਾਰਨਾ ਚਾਹੁੰਦਾ ਹੈ। ਕਨੀ ਬਕਰਤਾ ਗਿਰਾ ਸੋਨਾ, ਇਸ ਤਰ੍ਹਾਂ ਕਨੀ ਬਕਰਤਾ ਗਿਰਾ ਸੋਨ, ਇਵੇਂ ਸਾਧ ਸੰਗਤ ਪੈਦੇ ਖਾਂ ਨੇ ਜਦੋਂ ਬਕਰਤਾ, ਇਹਦੀ ਕਹਿਣ ਤੋਂ ਉਲਟ ਸੱਚਾਈ ਦੀਆਂ ਗੱਲਾਂ ਇਹਨੇ ਆਪਣੇ ਭਰਾ ਕੋ ਜਦੋਂ ਸੁਣੀਆਂ, ਪੈਂਦੇ ਦੁੱਖ ਪਾਇਓ, ਪੈਂਦੇ ਖਾਂ ਨੇ ਬੜਾ ਦੁੱਖ ਮੰਨਿਆ ਵੀ ਇਹਨੇ ਤਾਂ ਮੇਰੀ ਹਾਮੀ ਨੀ ਭਰੀ। ਨੀਚ ਗਰੀਬ ਲੱਜਤ ਪਇਓ, ਧੌਣ ਜੀ ਨੀਵੀਂ ਕਰਕੇ ਸ਼ਰਮਿੰਦਾ ਜਿਹਾ ਹੋ ਗਿਆ ਵੀ ਗੱਲ ਤਾਂ ਸੱਚੀ ਆ ਵੀ ਮੈਂ ਆਪਣੇ ਮਾਲਕ ਨੂੰ ਹੀ ਮਾਰਨਾ ਚਾਹੁੰਦਾ ਹਾਂ। ਕੁਛ ਬੋਲ ਨਾ ਆਇਓ, ਕੋਈ ਗੱਲ ਨਾ ਪੈਂਦੇ ਖਾਂ ਨੂੰ ਅੱਗੋਂ ਆਈ, ਇਹਨੇ ਨੂੰ ਫਿਰ ਕੁਤਬ ਖਾਂ ਵੀ ਆਪਣੇ ਹਿਰਦੇ ਚ ਕੁਝ ਵਿਚਾਰ ਸੋਚਣ ਲੱਗ ਪਿਆ। ਕਹਿੰਦਾ ਵੀ ਇਹ ਜਿਹੜੇ ਸਾਰੇ 500 ਦੇ 500 ਪਠਾਨ ਆਏ ਨੇ ਨਾ ਮਿਲ ਕੇ, ਇਹਨਾਂ ਜੋ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਆ ਆਪਸ ਵਿੱਚ, ਹਜ਼ਰਤ ਟਿਕ ਜਾਣਾ ਵੀ ਅਸੀਂ ਹਜ਼ਰਤ ਸ਼ਾਹ ਜਹਾਨ ਦੇ ਕੋਲ ਜਾਣਾ ਹੈ ਫਰਿਆਦ ਕਰਨ ਗੁਰੂ ਦੇ ਉਲਟ, ਬੁਰਾ ਨਾ ਭਲਾ ਵਿਚਾਰਿਓ। ਇਹਨਾਂ ਨੇ ਕੁਤਬ ਖਾਂ ਕਹਿੰਦਾ ਵੀ ਆਪਣਾ ਬੁਰਾ ਭਲਾ ਨੀ ਵਿਚਾਰਿਆ ਵੀ ਅਸੀਂ ਕਿਹੋ ਜਿਹਾ ਕਰਮ ਕਰਨ ਲੱਗੇ ਆ, ਮੁਝ ਟਿਕ ਚੱਲੇ ਆਏ ਤੇ ਬਸ ਮੇਰੇ ਕੋਲ ਚੱਲ ਕੇ ਆ ਗਏ ਆ ਮੇਰੀ ਮਦਦ ਲੈਣ ਦੇ ਲਈ। ਕਹਿੰਦਾ ਇਹਨਾਂ ਦਾ ਤਾਂ ਇਉਂ ਲੱਗਦਾ ਵੀ ਗਰਕ ਹੋਣ ਦਾ ਸਮਾਂ ਨੇੜੇ ਆਇਆ ਇਹਨਾਂ ਦਾ, ਪੈਂਦੇ ਖਾਂ ਦੇ ਸਮੇਤ 500 ਪਠਾਨਾਂ ਦਾ, ਅਸਜਾਨੀ ਜਾਏ। ਇਸ ਤਰ੍ਹਾਂ ਦੀ ਗੱਲ ਕੁਤਬ ਖਾਂ ਕਹਿੰਦਾ ਸਮਝ ਪੈਂਦੀ ਆ ਮੇਰੇ, ਕਾਇਓ ਸਭ ਕੇ ਕਹਿਵਤ ਸਭੋ। ਕਹਿੰਦਾ ਵੀ ਮੈਨੂੰ ਕੀ ਲੋੜ ਹੈ ਇਹਨਾਂ ਨਾਲ ਮੱਛਾ ਮਾਰਨ ਦਾ, ਵਾਰ ਵਾਰ ਸਮਝਾਉਣ ਦਾ। ਇਹ ਸਾਰੇ ਨਾਲੇ ਉਲਟਾ ਵਾਰ ਵਾਰ ਮੈਨੂੰ ਕਹਿੰਦੇ ਅਸੀਂ ਤੇਰੇ ਭਰਾ ਏ, ਅਸੀਂ ਤੇਰੇ ਭਰਾ ਹਾਂ, ਸਾਡੀ ਮਦਦ ਕਰ। ਹਿੱਤ ਕੀ ਕਹਿਬਾਨੀ, ਹਾਂ ਇਹਨਾਂ ਦੇ ਹਿੱਤ ਦੀ ਮੈਨੂੰ ਗੱਲ ਕਹਿ ਕੇ ਵਾਰ ਵਾਰ ਤੇ ਇਹਨਾਂ ਦੀਆਂ ਉਲਟੀਆਂ ਗੱਲਾਂ ਸੁਣਨ ਦੀ ਸੂਬਾ। ਕੁਤਬ ਖਾਂ ਕਹਿੰਦਾ ਮੈਨੂੰ ਕੀ ਲੋੜ ਹੈ, ਜੇ ਇਹਨਾਂ ਦਾ ਕਾਲ ਸਿਰ ਤੇ ਆਇਆ ਬੋਲਦਾ ਹੀ ਹੈ, ਜਿਵੇਂ ਇਹਨਾਂ ਸਾਰਿਆਂ ਦੀ ਮਾਤਾ ਜੇ ਚਾਹੁੰਦਾ ਹੀ ਹੈ, ਸਾਰੇ ਸਲਾਹ ਕਰਕੇ ਸ਼ਾਹ ਜਹਾਨ ਕੋ ਜਾਣਾ, ਮੈਂ ਉਹਦੇ ਅਨੁਸਾਰ ਹੀ ਗੱਲ ਕਰਦਾ ਵੀ ਮੈਨੂੰ ਕੀ ਲੋੜ ਹੈ ਫਿਰ ਐਵੇਂ ਸਿਰ ਖਪਾ ਕਰਨ ਦੀ। ਇਸ ਤਰ੍ਹਾਂ ਚਿੱਤ ਵਿੱਚ ਵਿਚਾਰ ਕਰ ਹੀ ਰਿਹਾ ਸੀ ਕੁਤਬ ਖਾਨ, ਪੈਂਦੇ ਖਾਨ ਉਸ ਵੇਲੇ ਕਹਿਣ ਲੱਗਾ, ਲਖ ਲਾਇ ਕੋ ਭਰਾਤ, ਕੇ ਹੇ ਭਰਾਤਾ ਹੇ ਕੁਤਬ ਖਾਨ, ਤੈਨੂੰ ਅਸੀਂ ਆਪਣਾ ਚੰਗਾ ਲਾਇਕ ਭਰਾ ਜਾਣ ਕੇ, ਤੇਰੇ ਕੋਲ ਅਸੀਂ ਤੇਰੀ ਆਸ ਤੱਕ ਕੇ ਆਏ ਹਾਂ ਵੀ ਤੇਰੇ ਕੋਲ ਅਹੁਦਾ ਵੀ ਚੰਗਾ ਹੈ ਤੇ ਸਾਡਾ ਤੂੰ ਖਾਨ ਭਰਾ ਵੀ ਹੈ ਤੇ ਚਾਚੇ ਦਾ ਪੁੱਤ ਵੀ ਹੈ ਮੇਰਾ, ਚੱਲ ਪਹੁੰਚੇ ਦਰਬਾਰ ਕੋ ਤੇਰੇ ਤੇ। ਕਹਿੰਦੇ ਵੀ ਬੜਾ ਮਾਣ ਕਰਕੇ ਆਏ ਸਾਂ ਅਸੀਂ, ਤੂੰ ਕਰੇ ਬਮਾਨਾ, ਉਲਟਾ ਸਾਡਾ ਅਪਮਾਨ ਕਰਦਾ, ਨਰਾਦਰੀ ਕਰੀ ਜਾ ਰਿਹਾ ਹੈ, ਭਰਾਤਨ ਕੀ ਤਜ ਕਾਲ ਕੋ, ਆਪਣੇ ਭਰਾਵਾਂ ਦੀ ਲਾਜ ਛੱਡ ਕੇ। ਗੁਰੂ ਹਰਗੋਬਿੰਦ ਸਾਹਿਬ ਦੇ ਗੁਣ ਗਾ ਰਿਹਾ ਹੈ, ਸਾਡੀ ਨੀ ਤੂੰ ਗੱਲ ਸੁਣਦਾ, ਐਵੇਂ ਪੈਂਦੇ ਖਾਨ ਕੁਤਬ ਖਾਨ ਨੂੰ ਕਹਿ ਰਿਹਾ ਹੈ। ਇਹਨਾਂ ਦੀਆਂ ਗੱਲਾਂ ਸੁਣ ਕੇ ਜੋ ਵਾਰ ਵਾਰ ਇਹਨਾਂ ਨੇ ਕਹੀਆਂ ਨੇ, ਜਿਵੇਂ ਫਿਰ ਕੁਤਬ ਖਾਨ ਕਹਿੰਦਾ ਤੁਹਾਡੀ ਮਰਜ਼ੀ ਵੀ, ਚਲੋ ਮੈਂ ਵੀ ਤੁਹਾਡੀ ਫਿਰ, ਜੇ ਤੁਸੀਂ ਮਰਨਾ ਚਾਹੁੰਦੇ ਹੀ ਉਹ ਮਨ 'ਚ ਕਹਿੰਦਾ ਵੀ ਜੇ ਤੁਹਾਡੀ ਮੌਤ ਆਈ ਆ ਤਾਂ ਫਿਰ ਮੈਂ ਕਿਉਂ ਤੁਹਾਨੂੰ ਰੋਕਾਂ, ਅਤੇ ਮੈਂ ਮਦਦ ਕਰਾਂਗਾ। ਜਿਵੇਂ ਪੈਂਦੇ ਖਾਨ ਕੁਰਾਨ ਦੀਆਂ ਖੁਦਾ ਦੀਆਂ ਸਹੁੰਆਂ ਖਵਾ ਕੇ ਕਹਿੰਦਾ ਵੀ ਅਸੀਂ ਚੱਲੇ ਹਾਂ ਲਾਹੌਰ, ਅਤੇ ਕੁਤਬ ਖਾਂ ਤੂੰ ਵੀ ਮੇਰੇ ਮਗਰ ਹੀ ਆ ਜਾਈ ਛੇਤੀ, ਅਤੇ ਸ਼ਾਹ ਜਹਾਨ ਨਾਲ ਸਾਨੂੰ ਮਿਲਾ ਦੇ ਤਾਂ ਕਿ ਅਸੀਂ ਬਹੁਤੀ ਫੌਜ ਲੈ ਕੇ ਆਈਏ।
ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕਰੀਏ। ਇਹ ਪ੍ਰਸੰਗ ਆਉਣ ਵਾਲੇ ਸਮੇਂ 'ਚ ਆਪਾਂ ਸਰਵਣ ਕਰਾਂਗੇ ਜਿਵੇਂ ਲਾਹੌਰ ਪਹੁੰਚਦਾ ਏ, ਜਿਵੇਂ ਇਹ ਸ਼ਾਹਜਹਾਨ ਦੀ ਕਚਹਿਰੀ ਵਿੱਚ ਪਹੁੰਚ ਕੇ ਫਰਿਆਦ ਕਰਦਾ ਹੈ, ਇਹ ਸਾਰੀ ਸਾਖੀ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਗਲਤੀਆਂ ਹੋਈਆਂ। ਗੁਰੂ ਸਾਹਿਬ, ਗੁਰੂ ਕੀ ਸੰਗਤ ਸਦਾ ਹੀ ਬਖਸ਼ਣ ਹਾਰ ਹੈ, ਬਖਸ਼ ਲੈਣਾ ਲੇਖੇ ਕਦੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰੇ ਉਤਾਰਿਆ। ਉਹ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ। ਚੱਲ ਪਹੁੰਚੇ ਤਰ ਮਾਨ ਕੋ ਤੈ ਕਰ ਅਪਮਾਨਾ, ਪ੍ਰਾਤਨ ਕੀ ਤਜ ਕਾਨ ਕੋ ਗੁਰ ਸੁਜਸ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸੇਵਾ ਦੇ ਗੁਰ ਪਾਰੇ ਉਤਾਰ
ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।